खुशी 90.4 FM ते तुहाडा स्वागत। मैं हाँ तुहाडा डिवाइन ते दिलदार आरजे गुरवेल सिंह। ते दोस्तों रेडियो खुशी 90.4 FM ते अज मेरे नाल ने एक पंजाबी जगत दे बड़े ही प्रसिद्ध विद्वान सरदार गुरदीप सिंह जी भामरा। एक्चुअली बहुत सारे साडे विचों ओ दोस्त होणगे जिन्हां ने पंजाबी दे विच क्लास पहली तो लैके क्लास अठवीं तक सब रंग किताब पढ़ी होवेगी। सब रंग किताब बड़ी वधिया पंजाबी दी किताब सी, एक पूरी दी पूरी सीरीज़ आप जी ने पढ़ी होवेगी। ते उस पूरी सीरीज़ दे ऑथर ने सरदार गुरदीप सिंह जी। और इहदे नाल नाल ही एक बहुत ही वधिया किताब है जिहड़ी गुरमत सिद्धांत बाबा इकबाल सिंह जी बड़ू साहिब वालिया ने भी लिखी है। उस किताब नूं जिहड़ा है वह ऑडिट भी सरदार गुरदीप सिंह जी होरां ने कीता है, सिक्ख्या शास्त्री ने। इन्हां दे अंदर एक इच्छा है कि पंजाबी अते सिक्ख्या दा म्यार साडे देश दे विच बहुत वधिया होना चाहिए। तो अज रेडियो खुशी ते साडे नाल ने सरदार गुरदीप सिंह जी। आओ सब तो पहला करते हैं उन्हां दे नाल फतेह दी सांझ, ते फिर करांगे खूब सारियां विचारां। ते सरदार गुरदीप सिंह जी रेडियो खुशी 90.4 FM ते तुहाडा स्वागत जी। इस वेले सारे लिसनर आप जी नूं लाइव सुन रहे ने। सब तो पहला साडे ਸਾਰਿਆਂ ਵੱਲੋਂ ਆਪ ਜੀ ਨੂੰ ਦਿਲਾਂ ਦੀਆਂ ਗਹਿਰਾਈਆਂ ਤੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਤੇ ਮੈਂ ਧੰਨਵਾਦੀ ਹਾਂ ਤੁਹਾਡਾ ਬਹੁਤ ਬਹੁਤ। ਤੁਸੀਂ ਮੈਨੂੰ ਪੰਜਾਬ ਦੇ ਧੁਰਕ ਅੰਦਰੋਂ ਜਲੰਧਰ ਚੋਂ ਮੈਨੂੰ ਆਪਣੇ ਨਾਲ ਜੋੜਿਆ ਹੈ ਤੇ ਮੌਕਾ ਦਿੱਤਾ ਕਿ ਮੈਂ ਤੁਹਾਡੇ ਦੋਸਤਾਂ ਦੇ ਨਾਲ ਮੁਖਾਤਬ ਹੋਵਾਂ ਜੀ। ਜਿਹੜੇ ਕੁਝ ਕੰਸਰਨ ਮੇਰੇ ਨੇ, ਸਰੋਕਾਰ ਮੇਰੇ ਨੇ, ਮੈਂ ਉਹ ਤੁਹਾਡੇ ਨਾਲ ਸਾਂਝੇ ਕਰਾਂ ਜੀ। ਔਰ ਇਸ ਸਾਰਾ ਕੁਝ ਕਰਦਿਆਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਅੱਗੇ ਵਧੀਏ, ਉਹਨਾਂ ਵਾਸਤੇ ਕੰਮ ਕਰੀਏ। ਬਿਲਕੁਲ ਜੀ, ਬਿਲਕੁਲ ਸਰ, ਤੁਸੀਂ ਬੜੀਆਂ ਵਧੀਆ ਗੱਲਾਂ ਕੀਤੀਆਂ। ਅਤੇ ਸਰ ਹੁਣ ਅਸੀਂ ਆਉਣੇ ਹਾਂ ਆਪਣੇ ਵਿਸ਼ੇ 'ਤੇ। ਅੱਜ ਦਾ ਸਾਡਾ ਵਿਸ਼ਾ ਹੈ ਸਕੂਲਾਂ ਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਕਿਸ ਤਰ੍ਹਾਂ ਦੀ ਹੈ, ਕੀ ਉਹਦੀਆਂ ਕਮੀਆਂ ਨੇ, ਕੀ ਉਹਦੇ ਵਿੱਚ ਵਧੀਆ ਹੈ ਔਰ ਕੀ ਹੋਰ ਵਧੀਆ ਹੋਣਾ ਚਾਹੀਦਾ। ਕਿਉਂਕਿ ਅਸੀਂ ਇੱਕ ਚੀਜ਼ ਦੇਖਦੇ ਹਾਂ, ਮੈਂ ਕੱਲ੍ਹ ਦੀ ਤੁਹਾਨੂੰ ਗੱਲ ਦੱਸਾਂ ਸਰ, ਮੈਂ ਗੱਲ ਇੱਥੋਂ ਸ਼ੁਰੂ ਕਰਨੀ ਚਾਹਾਂਗਾ। ਕੱਲ੍ਹ ਸਕੂਲ ਦੇ ਵਿੱਚ ਸਾਡਾ ਗੁਰਦੁਆਰਾ ਸਾਹਿਬ ਹੈ ਅਤੇ ਉਸ ਦੇ ਵਿੱਚ ਕਲਾਸ ਫਸਟ ਤੋਂ ਲੈ ਕੇ ਕਲਾਸ 12th ਤੱਕ ਦੇ ਬੱਚੇ ਬੈਠੇ ਸੀ ਅਤੇ ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਸੀ ਕਿ ਤੁਹਾਡੇ ਕਿਸੇ ਵੀ ਸਿਲੇਬਸ ਦੀ ਬੁੱਕ ਦੇ ਵਿੱਚ ਕੋਈ ਚੈਪਟਰ ਬਜ਼ੁਰਗਾਂ ਦੀ ਅਹਿਮੀਅਤ ਔਰ ਬਜ਼ੁਰਗਾਂ ਦੇ ਸਤਿਕਾਰ ਔਰ ਸਨਮਾਨ 'ਤੇ ਹੈ, ਦੱਸੋ। ਅਤੇ ਪਹਿਲੀ ਕਲਾਸ ਤੋਂ ਲੈ ਕੇ 12th ਕਲਾਸ ਤੱਕ ਦੇ ਬੱਚਿਆਂ ਦਾ ਇੱਕ ਉੱਤਰ ਸੀ ਕਿ ਸਾਡੀ ਕਿਸੇ ਵੀ ਕਿਤਾਬ ਵਿੱਚ ਐਸਾ ਕੋਈ ਚੈਪਟਰ ਨਹੀਂ ਜਿਹਦੇ ਵਿੱਚ ਬਜ਼ੁਰਗਾਂ ਦੀ ਸੰਭਾਲ, ਉਹਨਾਂ ਦਾ ਸਤਿਕਾਰ, ਉਹਨਾਂ ਦੀ ਅਹਿਮੀਅਤ ਇਸ ਦੇ ਉੱਪਰ ਕੁਝ ਦੱਸਿਆ ਗਿਆ ਹੋਏ। ਅਤੇ ਮੈਨੂੰ ਇਹ ਲੱਗਦਾ ਸੀ ਕਿ ਜਿਹੜੀ ਐਜੂਕੇਸ਼ਨ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਦੀ ਅਹਿਮੀਅਤ ਹੀ ਨਹੀਂ ਸਮਝਾ ਪਾ ਰਹੀ, ਉਹ ਹੋਰ ਕਿੱਥੇ ਲੈ ਕੇ ਜਾਏਗੀ ਸਾਨੂੰ? ਤੁਹਾਡੇ ਕੀ ਵਿਚਾਰ ਹੈ, ਇਹ ਜਿਹੜੀ ਐਜੂਕੇਸ਼ਨ ਚੱਲ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਰ ਗੁਰਵਿੰਦ ਸਿੰਘ ਜੀ, ਮੈਂ ਪਿਛਲੇ 22 ਸਾਲਾਂ ਤੋਂ 23 ਸਾਲਾਂ ਤੋਂ ਮੈਂ ਪੰਜਾਬੀ ਪਾਠ ਪੁਸਤਕਾਂ ਦੇ ਖੇਤਰ ਵਿੱਚ ਕੰਮ ਕਰਦਾ ਆ ਰਿਹਾ। ਹਾਂਜੀ, ਪਹਿਲੀ ਕਿਤਾਬ ਜਦੋਂ ਸਭ ਰੰਗ ਲਿਖੀ ਸੀ ਤਾਂ ਉਦੋਂ ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਪੰਜਾਬੀ ਨੂੰ ਪੰਜਾਬੀ ਪੜ੍ਹਦੇ ਬੱਚਿਆਂ ਦੇ ਹੱਥਾਂ ਵਿੱਚ ਜੀ ਇੱਕ ਏਦਾਂ ਦੀ ਕਿਤਾਬ ਦੇਈਏ ਜਿਹੜੀ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਬਰਾਬਰੀ ਕਰ ਸਕੇ। ਹਾਂਜੀ, ਔਰ ਅਸੀਂ ਕਹਿ ਸਕੀਏ ਕਿ ਸਾਡੇ ਕੋਲ ਕੋਈ ਚੰਗੀ ਕਿਤਾਬ ਹੈ ਜੀ। ਔਰ ਇਸ ਕਿਤਾਬ ਨੂੰ ਲਿਖਣ ਵਾਸਤੇ ਮੈਂ ਜਿਹੜਾ ਇਹਦਾ ਕਰੀਕੁਲਮ ਸੀ, ਸਿਲੇਬਸ ਸੀ, ਉਹ ਆਪ ਬਣਾਇਆ ਜੀ। ਬੱਚੇ ਕੀ ਪੜ੍ਹਨਗੇ, ਕਿਹੜੀ ਕਲਾਸ ਵਿੱਚ, ਕਿਹੜੇ ਉਹਨਾਂ ਦੀ ਉਮਰ ਕੀ ਹੁੰਦੀ ਹੈ, ਉਹਦੇ ਮੁਤਾਬਕ ਮੈਂ ਉਹਦੇ ਸਾਰੇ ਪਾਠ, ਸਾਰੀਆਂ ਕਹਾਣੀਆਂ, ਕਵਿਤਾਵਾਂ ਆਪ ਲਿਖੀਆਂ ਜੀ। ਔਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਐਡ ਕੀਤੀਆਂ। ਫਿਰ ਦੂਸਰੀ ਸੀਰੀਜ਼ ਮੇਰੀ ਇੱਕ ਹੋਰ ਨਵੀਂ ਉਡਾਨ ਦੇ ਨਾਂ ਤੇ ਆਈ ਜੀ, ਜਿਹੜੀ ਸਾਫਟ ਸਕਿੱਲ ਤੇ ਆਧਾਰਿਤ ਸੀ। ਹਾਂਜੀ, ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਸਾਡੀਆਂ ਕਿਤਾਬਾਂ ਬੱਚਿਆਂ ਨੂੰ ਕੀ ਸਿਖਾਉਣ, ਕਿਵੇਂ ਸਿਖਾਉਣ, ਹਾਂਜੀ, ਕਿਵੇਂ ਉਹਨਾਂ ਨੂੰ ਬਜ਼ੁਰਗਾਂ ਦੀ ਦੇਖਭਾਲ ਕਰਨ ਜਾਂ ਉਹਨਾਂ ਬਾਰੇ ਸੋਚਣ ਸਮਝਣ ਦੀ ਅਸੀਂ
ਉਹਨਾਂ ਸਮਰੱਥਾ ਪੈਦਾ ਕਰੀਏ ਹਾਂਜੀ ਤਾਂ ਉਹਦਾ ਵੀ ਕਰੀਕੁਲਮ ਅਸੀਂ ਆਪ ਬਣਾਇਆ ਉਹਦੇ ਵਿੱਚ ਇੱਕ ਕਹਾਣੀ ਸਾਡੀ ਹੈ ਜੀ ਉਸ ਕਹਾਣੀ ਦਾ ਨਾਮ ਬਾਪੂ ਜੀ ਕਹਾਣੀ ਹੈ ਤੇ ਪਿੰਡ ਦੇ ਵਿੱਚ ਰਹਿਣ ਵਾਲੇ ਬਜ਼ੁਰਗ ਜੋੜਾ ਆਪਣੇ ਬੱਚਿਆਂ ਨੂੰ ਸ਼ਹਿਰ ਵਿੱਚ ਪੜ੍ਹਨ ਲਈ ਭੇਜਦਾ ਉਹ ਸ਼ਹਿਰ ਵਿੱਚ ਸੈੱਟ ਹੋ ਜਾਂਦੇ ਨੇ ਲੇਕਿਨ ਹੁਣ ਉਹ ਬਜ਼ੁਰਗ ਘਰ ਵਿੱਚ ਇਕੱਲੇ ਰਹਿ ਜਾਂਦੇ ਨੇ ਦੋਨੋਂ ਮੀਆਂ ਬੀਵੀ ਰਹਿ ਜਾਂਦੇ ਨੇ ਤੇ ਉਹਨਾਂ ਦੀ ਜਦੋਂ ਵਾਈਫ ਦੀ ਡੈਥ ਹੁੰਦੀ ਆ ਤਾਂ ਬਜ਼ੁਰਗ ਇਕੱਲੇ ਰਹਿੰਦੇ ਨੇ ਤੇ ਫੇਰ ਉਹਨਾਂ ਬੱਚੇ ਉਹਦੇ ਉਹਨਾਂ ਦੇ ਬਾਰੇ ਕਿਸ ਤਰ੍ਹਾਂ ਸੋਚਦੇ ਨੇ ਕਿਵੇਂ ਉਹਨਾਂ ਕੋਲ ਆਉਂਦੇ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਕਿਵੇਂ ਉਹਨਾਂ ਦੇ ਪੋਤੇ ਜਿਹੜੇ ਉਹਨਾਂ ਨਾਲ ਰਿਐਕਟ ਕਰਦੇ ਉਸ ਕਹਾਣੀ ਵਿੱਚ ਦਰਸਾਇਆ ਸੀ ਅਸੀਂ ਬਿਲਕੁਲ ਜੀ ਬਿਲਕੁਲ ਸਾਡੀ ਕੋਸ਼ਿਸ਼ ਰਹੀ ਕਿ ਜਿਹੜੀਆਂ ਪੀੜੀਆਂ ਦੇ ਵਿੱਚ ਗੈਪ ਆਇਆ ਹੋਇਆ ਅਸੀਂ ਉਹਨੂੰ ਪੂਰਾ ਕਰੀਏ ਬਿਲਕੁਲ ਔਰ ਉਹ ਪੂਰਾ ਕਰਕੇ ਅਸੀਂ ਬੱਚਿਆਂ ਨੂੰ ਬਜ਼ੁਰਗਾਂ ਨਾਲ ਜੋੜੀਏ ਜੀ 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 ਵਿੱਚ ਜੋ ਦੀਵਾਰ ਹੈ ਮੇਰੀ ਸੀਰੀਜ਼ ਸੀ ਇਹਦੇ ਵਿੱਚ ਜਿੰਨਾ ਵੀ ਸਾਹਿਤ ਸੀ ਜਿੰਨੀਆਂ ਕਹਾਣੀਆਂ ਸੀ ਉਹ ਸਾਰੀਆਂ ਇਸੇ ਤਰ੍ਹਾਂ ਹੀ ਲਿਖੀਆਂ ਗਈਆਂ ਜੀ ਬਿਲਕੁਲ ਜੀ ਬਿਲਕੁਲ ਪਹਿਲੀ ਇਹਦੇ ਵਿੱਚ ਸਾਡੀ ਦੋ ਸਾਡੀਆਂ ਵੱਡੀਆਂ ਸਮੱਸਿਆਵਾਂ ਨੇ ਹਾਂਜੀ ਕਿਤਾਬਾਂ ਲਿਖਦਿਆਂ ਕਿਉਂਕਿ ਮੈਨੂੰ ਹੁਣ ਤਕਰੀਬਨ 23 ਸਾਲ ਹੋ ਗਏ ਕਿਤਾਬ ਦੇ ਕਿਤਾਬ ਕੰਮ ਕਰਦਿਆਂ ਨੂੰ ਮੈਂ ਇਸ ਸਾਲ ਵੀ ਨਵੀਂ ਇੱਕ ਸੀਰੀਜ਼ ਉੱਤੇ ਕੰਮ ਕਰ ਰਿਹਾ ਵਾਂ ਹਾਂਜੀ ਜਿਹਦਾ 100% ਕੰਟੈਂਟ ਮੈਂ ਆਪ ਤਿਆਰ ਕੀਤਾ ਜੀ ਔਰ ਸਾਡੀ ਸਭ ਤੋਂ ਵੱਡੀ ਸਮੱਸਿਆ ਜੇ ਮੇਰੇ ਸਰੋਤੇ ਸੁਣ ਵੀ ਰਹੇ ਹੋਣਗੇ ਗੱਲ ਉਹਨਾਂ ਨੂੰ ਵੀ ਝੰਜੋੜਨ ਵਾਲੀ ਹੈ ਜੀ ਕਿ ਸਾਡੇ ਕੋਲ ਪੰਜਾਬੀ ਵਿੱਚ ਚੰਗਾ ਬਾਲ ਸਾਹਿਤ ਹੈ ਨਹੀਂ ਬੱਚਿਆਂ ਵਾਸਤੇ ਨਹੀਂ ਲਿਖਿਆ ਜਾ ਰਿਹਾ ਹਾਂਜੀ ਬੱਚਿਆਂ ਵਾਸਤੇ ਬੱਚੇ ਕਿਤਾਬ ਦੀਆਂ ਕਹਾਣੀਆਂ ਪੜ੍ਹਨਗੇ ਉਹਨਾਂ ਨੂੰ ਉਹਦੇ ਚੋਂ ਕੀ ਕੁਝ ਕੀ ਆਨੰਦ ਮਿਲਣਾ ਚਾਹੀਦਾ ਕਿਹੋ ਜਿਹਾ ਆਨੰਦ ਮਿਲਣਾ ਚਾਹੀਦਾ ਇਹਦੇ ਬਾਰੇ ਨਾ ਤਾਂ ਕੋਈ ਪੈਰਾਮੀਟਰ ਹੈ ਸਾਡੇ ਕੋਲ ਨਾ ਕੋਈ ਇਹਦੇ ਤੇ ਕੰਮ ਕਰ ਰਿਹਾ ਹਾਂਜੀ ਖਾਸ ਕਰਕੇ ਸਾਡੇ ਕੋਲ ਉਹ ਕਹਾਣੀਆਂ ਤੇ ਕਵਿਤਾਵਾਂ ਤੇ ਹੈ ਹੀ ਨਹੀਂ ਜਿਹੜੀਆਂ ਅਸੀਂ ਇੱਕ ਜਮਾਤ ਵਿੱਚ ਪੜ੍ਹਾ ਸਕੀਏ ਜੀ ਸਾਨੂੰ ਕਹਾਣੀਆਂ ਮਿਲ ਜਾਣਗੀਆਂ ਬਹੁਤ ਸਾਰੀਆਂ ਕਹਾਣੀਆਂ ਬੱਚਿਆਂ ਬਾਰੇ ਲਿਖੀਆਂ ਮਿਲ ਜਾਣਗੀਆਂ ਲੇਕਿਨ ਉਹਨਾਂ ਨੂੰ ਕਲਾਸਾਂ ਵਿੱਚ ਪੜ੍ਹਾਇਆ ਨਹੀਂ ਜਾ ਸਕਦਾ ਜੀ 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 ਬਿਲਕੁਲ ਜਦੋਂ ਅਸੀਂ ਕਲਾਸ ਵਿੱਚ ਪੜ੍ਹਾਉਂਦੇ ਹਾਂ ਤਾਂ ਸਾਡੀ ਅਪਰੋਚ ਡਿਫਰੈਂਟ ਹੁੰਦੀ ਹੈ ਹਾਂਜੀ ਮੈਂ ਇਸੇ ਕਰਕੇ ਆਪਣੀਆਂ ਕਿਤਾਬਾਂ ਦੀ ਸਾਰੀ ਪਾਠ ਸਮੱਗਰੀ ਆਪ ਤਿਆਰ ਕਰਦਾ ਹਾਂਜੀ ਔਰ ਜਦੋਂ ਮੈਂ ਪਾਠ ਸਮੱਗਰੀ ਤਿਆਰ ਕਰਦਾ ਤਾਂ ਮੇਰੇ ਸਾਹਮਣੇ ਉਹ ਬੱਚਾ ਖੜਾ ਹੁੰਦਾ ਹੈ ਉਸ ਕਲਾਸ ਦਾ ਜਿਹਨੇ ਉਹ ਕਿਤਾਬ ਪੜ੍ਹਨੀ ਹੈ ਜਿਹਦੇ ਹੱਥਾਂ ਚੋਂ ਕਿਤਾਬ ਜਾਣੀ ਹੈ ਤੇ ਜਿਹਨੇ ਉਹਦੇ ਵਿੱਚੋਂ ਸਾਰਾ ਕੁਝ ਗ੍ਰਹਿਣ ਕਰਨਾ ਔਰ ਇਸ ਕੰਮ ਵਾਸਤੇ ਇੱਕ ਭਗਤੀ ਵਰਗਾ ਹੀ ਬਿਲਕੁਲ ਜੀ ਸਭ ਤੋਂ ਵੱਡੀ ਭਗਤੀ ਹੈ ਸਭ ਤੋਂ ਵੱਡੀ ਭਗਤੀ ਪੂਰੀ ਤਰ੍ਹਾਂ ਅਸੀਂ ਕੰਸੈਂਟਰੇਟ ਹੋ ਗਏ ਕਿਤਾਬ ਰਚਦੇ ਹਾਂ ਕਿਤਾਬ ਕ੍ਰੀਏਟ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਔਰ ਮੇਰੇ ਕੋਲ ਆਪਣਾ ਬਹੁਤ ਸਾਰਾ ਬਲ ਸਾਹਿਤ ਪਿਆ ਹਾਂਜੀ ਤੇ ਮੈਂ ਐਤਕੀ ਚਾਹੁੰਦਾ ਸੀ ਕਿ ਉਹ ਪਾਠਕਾਂ ਤੱਕ ਪਹੁੰਚੇ ਮੈਂ ਬੱਚਿਆਂ ਤੱਕ ਪਹੁੰਚਾਵਾਂ ਕਿਤਾਬੀ ਰੂਪ ਵਿੱਚ ਹਾਂਜੀ ਲੇਕਿਨ ਮੈਨੂੰ ਪ੍ਰਕਾਸ਼ਕਾਂ ਨੇ ਦੱਸਿਆ ਕਿ ਪੰਜਾਬੀ ਵਿੱਚ ਜਿਹੜਾ ਬਾਲ ਸਾਹਿਤ ਛਪਦਾ ਹੈ ਉਹ ਵਿਕਦਾ ਨਹੀਂ ਹਾਂਜੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਸਾਡੇ ਕੋਲ ਕਿ ਸਾਡੇ ਪੇਰੈਂਟਸ ਮਹਿੰਗੇ ਮੋਬਾਈਲ ਤੇ ਖਰੀਦ ਸਕਦੇ ਨੇ ਹਾਂਜੀ ਸ਼ਰਾਬ ਦੀਆਂ ਗੱਲਾਂ ਕਰ ਸਕਦੇ ਨੇ ਮਹਿੰਗੀ ਸ਼ਰਾਬ ਖਰੀਦ ਕੇ ਤਾਂ ਵਰਤਾ ਸਕਦੇ ਨੇ ਹਾਂਜੀ ਔਰ ਉਹ ਆਪਣੇ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਵੱਡੇ ਵੱਡੇ ਮੈਰਿਜ ਪੈਲਸਾਂ ਵਿੱਚ ਲੱਖਾਂ ਰੁਪਈਏ ਖਰਚ ਕਰ ਸਕਦੇ ਨੇ ਜੀ ਪਰ ਉਹ ਆਪਣੇ ਬੱਚਿਆਂ ਦੇ ਹੱਥਾਂ ਵਿੱਚ 100-125 ਰੁਪਏ ਦੀ ਕਿਤਾਬ ਨਹੀਂ ਦੇਣਾ ਚਾਹੁੰਦੇ ਔਰ ਕਿਤਾਬ ਜਿਹੜੀ ਆ ਜਦ ਤੱਕ ਬੱਚੇ ਦੇ ਹੱਥ ਚ ਨਹੀਂ ਜਾਏਗੀ ਬੱਚੇ ਕੋਲ ਨਹੀਂ ਜਾਏਗੀ ਹਾਂ ਸਕੂਲ ਦੀਆਂ ਕਿਤਾਬਾਂ ਜਿਹੜੀਆਂ ਪਾਠ ਪੁਸਤਕਾਂ ਹੁੰਦੀਆਂ ਉਹਨਾਂ ਦਾ ਰੋਲ ਅਲੱਗ ਹੁੰਦਾ ਹਾਂਜੀ ਬੱਚਾ ਉਹਨਾਂ ਪਾਠ ਪੁਸਤਕਾਂ ਤੋਂ ਹੱਟ ਕੇ ਵੀ ਕੁਝ ਪੜ੍ਹਨਾ ਚਾਹੁੰਦਾ ਕੁਝ ਸਿੱਖਣਾ ਚਾਹੁੰਦਾ ਕੁਝ ਜਾਣਨਾ ਚਾਹੁੰਦਾ ਔਰ ਮੈਂ ਨਹੀਂ ਸਮਝਦਾ ਕਿ ਹਾਲੇ ਤੱਕ ਸਾਡੇ ਪੰਜਾਬੀ ਪਾਠਕ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਵਿੱਚ ਬੱਚਿਆਂ ਵਾਸਤੇ ਕਿਸੇ ਨੇ ਕੋਈ ਲਾਇਬ੍ਰੇਰੀ ਬਣਾਈ ਹੋਵੇ ਜੀ 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 ਜਦੋਂ ਕਿ ਇਹ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਅਸੀਂ ਪੰਜਾਬੀ ਅਸੀਂ ਐਤਕੀ ਪੰਜਾਬੀ ਦੇ ਬਾਰੇ ਬੜਾ ਹੀ ਰੌਲਾ ਪਾਇਆ ਪੰਜਾਬੀ ਮਾਂ ਬੋਲੀ ਪੰਜਾਬੀ ਲਈ ਇਹ ਕਰੋ ਪੰਜਾਬੀ ਲਈ ਇਹ ਕਰੋ ਪੰਜਾਬੀ ਏਦਾਂ ਹੋਵੇ ਪੰਜਾਬੀ ਬੋਲੋ ਪੰਜਾਬੀ ਬੋਰਡਾਂ ਤੇ ਹੋਵੇ ਪੰਜਾਬੀ ਮਤਲਬ ਸਾਡੇ ਡਾਕ ਜਿਹੜਾ ਡਾਕਟਰੀ ਕੰਮ ਹੈ ਉਹ ਪੰਜਾਬੀ ਚ ਹੋਵੇ ਪਰ ਜੇ ਸਾਡੇ ਬੱਚੇ ਦੇ ਪੰਜਾਬੀ ਦੀ ਕਿਤਾਬ ਜਾਏਗੀ ਨਹੀਂ ਉਹ ਪੰਜਾਬੀ ਪੜ੍ਹੇਗਾ ਹੀ ਨਹੀਂ ਤਾਂ ਫਿਰ ਤੇ ਤੁਹਾਡੀ ਭਾਸ਼ਾ ਸਿਰਫ ਬੋਲਣ ਚੱਲਣ ਵਾਲੀ ਰਹਿ ਗਈ ਨਾ ਹਾਂਜੀ 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 ਭਾਸ਼ਾ ਦਾ ਲਿਖਤੀ ਰੂਪ ਤੇ ਖਤਮ ਹੋ ਗਿਆ ਬਿਲਕੁਲ ਜੀ
जद तक बच्चा पढ़ेगा नहीं तद तक सोचेगा नहीं, जब तक सोचेगा नहीं तद तक लिखेगा नहीं। बिल्कुल जी बिल्कुल। मतलब जैसी किताब तो बच्चे नू दूर करते हैं ता बच्चे नू भाषा दा जरा अमली काम है ना मकसद है उधर तो दूर कर देने। बिल्कुल। भाषा जो लिखित रूप में आती है तो साड़ियां यादां नू संभालती है, साड़े अनुभव नू संभालती है जी, साड़े अनुभव नू एक पीढ़ी तो दूसरी पीढ़ी तक लेके जाती है जी। और ये गल मैनू पंजाब विच नजर नहीं आती, हालांकि जलंधर दे विच हर साल देश भगत यादगार हाल विच एक गदरी बाबियां दा मेला लगता है जी। और उहदे विच तीन दिन पाठ पंजाबी दियां अंग्रेजी दियां हिंदी दियां किताबां दा बुक फेयर लगता है जी। सारे हिंदुस्तान तों पब्लिशर आके अपनियां किताबां वेचदे ने जी, पर उत्थे भी जिहड़ियां बच्चियां दियां किताबां ने ओह बहुतियां नजर नहीं आउंदियां। असि जिवें मैनूं प्रकाशक ने दस्सिया बहुत मोहाली विच काम करदे बहुत वड्डे लेवल दे प्रकाशक, हां जी लोक गीत वगैरह अच्छे प्रचार कहे गए ने ओह प्रकाशक छपदी ते है पर विकदी नहीं। सच्चाई है जी, बिल्कुल सच्चाई, बिल्कुल सच्चाई है। मैं इस दे अगेंस्ट एक उदाहरण ये देनी चाहांगा, जबकि साडे इत्थे मसूरी तो ही अंग्रेजी दे विच रस्कन बौंड साहब लिखते हैं, वो बच्चों ते ही लिखते हैं और उन्हां दियां किताबां खरीदन लई पूरे इंडिया तो ही लोग अपने बच्चों नाल लेके मसूरी पहुँचते हैं कि असी रस्कन बौंड साहब तो उन्हां दियां किताबां लेनियां है, बट पंजाबी च नहीं। तो सरदार गुरदीप सिंह जी, जिवें ये पंजाबी दे वल जां किताबां दे वल साडे जो पंजाबियां दी अणदेखी है, कि इसे दा ही ये कारण तो नहीं कि साडे जिहड़े बच्चे ने उन्हां दे अंदर एक दीर्घ दृष्टि पैदा नहीं हो रही, सिंसरिटी पैदा नहीं हो रही, एक क्रिएटिव थिंकिंग पैदा नहीं हो रही जिहड़ी कि बच्चों के विच होनी जरूरी है, और वड्डियां जाके भी जिवें ललकारे मारने जिस तरह एक नीवीं पद्धर दा म्यूजिक सुनना जां गैंगस्टरवाद वल जाना नशियां वल जाना विखावे वल जाना, कि यह सारियां चीज़ां इसे दी अणहोंद चो इतनी पैदा हो रही हैं कि साडे बच्चों नूं म्यारी सहित नहीं मिल रहा है। बिल्कुल तुसीं सही कहा, बिल्कुल नबज फड़ लिया तुसीं जी। दरअसल पिछले कई सालां तों जी 22-23 साल तों साडी शिक्षा का म्यार हेठां गया जी, उत्ते नहीं गया। मतलब अज तो 23 साल पहला मैं जिहड़ियां किताबां लिखियां जदों मैं उन्हां नूं दोबारा पढ़िया जिहड़ी जिहड़ी क्लास विच ओह असीं ओह चैप्टर लिखे सन, सानूं लग्गिया कि इह ओह उस क्लास विच हुण ओह समझ नहीं आणगे बच्चिआं नूं। बिल्कुल जी बिल्कुल। सानूं हेठलियां क्लासां दे चैप्टर उत्ते लिजाणे पए। हांजी, इहदा मतलब कि बच्चिआं दे जिहड़े सोचण दा पद्धर है ओह नीवा गिआ। हांजी, और इह बड़ा चिंता दा विशा है जी। सारे मापिया नू चिंता एदी हो जानी चाहीदी है और उन्हां नू बड़ी गंभीरता नाल सोचना चाहीदा है। बिल्कुल जी। असीं कोशिश कर रहे हां कि पंजाब विच मापिया नू संगठित करिए, पर मापिया नू ट्रेंड करिए कि ओह जान सकन कि उन्हां दे बच्चिआं नू किहो जिही सिख्या चाहीदी है, किहो जिहीआं किताबां पढ़नियां चाहीदियां, किहो जिहे अध्यापकां कोल पढ़ना चाहीदा है, किहो जिहे स्कूलां विच उन्हां दी केयर हो सकदी है जी। फिर असीं मापिया वल्लों पूरे सिख्या सिस्टम उत्ते प्रेशर बनाना चाहवांगे कि उन्हां दे बच्चिआं नू चंगी सिख्या दित्ती जावे। बिल्कुल जी, इह बहुत जरूरी है। तुसीं इक चीज फीस दे उत्ते झगड़ा ना करिए, हां जी, लेकिन असीं सिख्या ते झगड़ा करिए जी जी जी। साडे बच्चिआं नू अज चंगी सिख्या दिओ, साडे बच्चिआं नू ट्यूशनां ते ना धक्को, साडे बच्चिआं नू ट्यूशनां ते जाण दी लोड़ ना पवे जी, साडे बच्चे इंडिपेंडेंट काम कर सकन। और इहदे उत्ते बकायदा एक प्रोग्राम उलीकिया जा सकदा है, असीं इहदे ते काम कर रहे हां। बिल्कुल सर, तुसीं एक हुणे चीज कही कि असीं पेरेंट्स च अवेयरनेस पैदा कर रहे हैं किस तरह के स्कूलों च बच्चों नूं भेजो, तो मेरा क्वेश्चन यही रहेगा, अज असीं लगभग जिहड़े स्कूल देखते हैं वो स्कूल एक सिर्फ अपनी बनाई हुई ना ढरे ते चल रहे ने, उन्हां दा एक ही काम हुंदा है कि थोड़ा जिहा फिक्स सिलेबस दो, फिक्स सिलेबस दे विचो बच्चे दा टेस्ट लो, उस टेस्ट दे विच बच्चे नूं वध तों वध नंबर दो, किसी बच्चे दे घट नंबर आउणा क्योंकि कस्टमर टुटना नहीं चाहिए, और बच्चे नूं ओह चीज़ां पढ़ाओ जिहड़ियां उहदी लाइफ च किते कम आउणियां ही नहीं है। ते की इहो जी जिहड़े सिस्टम चल रहा है, क्योंकि वो
घट तो घट तनखाह वाले टीचर रख रहे ने और बच्चों तो फीसा ज़्यादा ले रहे हैं, इन्हां चीज़ों के की असर होंगे आ? मैं नाल ही अपने लिसनरस नूं भी ये गल कह देवां कि दोस्तों बच्चों की एजुकेशन के नाल संबंधित तुहाडे कोल भी जिहड़े क्वेश्चन होण तुसीं पुछने चाहुंदे होवो जां कोई गल कहनी चाहुंदे होवो तुसीं सानूं मैसेज लिख के कमेंट कर सकते हो। ਤੁਹਾਡੇ ਹਰ ਇੱਕ ਮੈਸੇਜ ਦਾ ਅਸੀਂ ਜਵਾਬ ਅੱਜ ਦੇ ਸਾਡੇ ਵਿਦਵਾਨ ਸਪੀਕਰ ਸਰਦਾਰ ਗੁਰਦੀਪ ਸਿੰਘ ਜੀ ਤੋਂ ਦਵਾਵਾਂਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਆਪ ਵੀ ਆਪਣੇ ਕਮੈਂਟਸ ਦੇ ਰਾਹੀਂ ਵੀ ਗੱਲ ਕਰ ਸਕਦੇ ਹੋ, ਫੋਨ ਲਾਈਨ ਵੀ ਸਾਡੀ ਖੁੱਲ੍ਹੀ ਹੈ ਜੋ ਨੰਬਰ ਤੁਹਾਨੂੰ ਸਕਰੀਨ 'ਤੇ ਦਿਸਦਾ ਹੈ, ਇਸ ਨੰਬਰ 'ਤੇ ਕਾਲ ਵੀ ਲਗਾ ਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਅਤੇ ਜੀ ਸਰ, ਮੈਂ ਸਕੂਲਾਂ ਦੀ ਗੱਲ ਕਰ ਰਿਹਾ ਕਿ ਅੱਜ ਦੇ ਜੋ ਸਕੂਲ ਸਿਸਟਮ ਸਾਨੂੰ ਦਿਸ ਰਿਹਾ ਹੈ, ਕੀ ਲੱਗ ਰਿਹਾ ਹੈ ਕਿ ਇਹ ਬੱਚਿਆਂ ਦੀ ਇੱਕ ਅੱਛੀ ਔਰ ਕ੍ਰੀਏਟਿਵ ਸੋਚ ਸਿਰਜਣ ਦੇ ਵਿੱਚ ਹੈ ਜਿਹੜੇ ਮਦਦਗਾਰ ਹੈ, ਜਾਂ ਸਿਰਫ ਇੱਕ ਸਰਟੀਫਿਕੇਟ ਦਵਾਉਣ ਤੱਕ ਕੀ ਇਹਨਾਂ ਦਾ ਰੋਲ ਹੈ? ਦੇਖੋ ਸਰ, ਸਾਡੇ ਕੋਲ ਨਵੀਂ ਸਿੱਖਿਆ ਨੀਤੀ ਆਈ ਹੈ ਜੀ। ਨਵੀਂ ਸਿੱਖਿਆ ਨੀਤੀ ਦਾ ਮੈਂ ਦੇਖ ਰਿਹਾ ਕਿ ਕਈ ਕੁਆਟਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ, ਇਹਦੇ ਬਾਰੇ ਕਈ ਤਰ੍ਹਾਂ ਦੀ ਇਹਦਾ ਕ੍ਰਿਟੀਸਿਜ਼ਮ ਕੀਤਾ ਜਾ ਰਿਹਾ ਜੀ, ਇਹਦੀ ਆਲੋਚਨਾ ਕੀਤੀ ਜਾ ਰਹੀ ਹੈ, ਇਹਦੇ ਚਾਹ ਨਹੀਂ ਠੀਕ, ਇਹਦੇ ਚਾਹ ਨਹੀਂ ਠੀਕ। ਪਰ ਜਦੋਂ ਮੈਂ ਉਹਨਾਂ ਦੀ ਆਲੋਚਨਾ ਸੁਣਦਾ ਵਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੇ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਪੜ੍ਹਿਆ ਹੀ ਨਹੀਂ ਜੀ। ਜੇਕਰ ਉਹ ਪੜ੍ਹਦੇ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀਆਂ ਇਹ ਸਾਰੇ ਖਦਸ਼ੇ ਇਹਦੇ ਵਿੱਚ ਸਾਫ਼ ਨੇ ਜੀ। ਜਿਹੜੇ ਮਾਪੇ ਮੇਰਾ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਮੈਂ ਉਹਨਾਂ ਦੀ ਜਾਣਕਾਰੀ ਵਿੱਚ ਦੱਸ ਦਿਆਂ ਕਿ ਹੁਣ ਤੱਕ ਅਸੀਂ ਆਪਣੇ ਸਕੂਲਾਂ ਵਿੱਚ ਜਿਹੜਾ ਪਾਠਕ੍ਰਮ ਪੜ੍ਹਾ ਰਹੇ ਸਾਂ ਉਹ 2005 ਦਾ ਉਲੀਕਿਆ ਹੋਇਆ ਜੀ। ਅੱਜ 2023 ਹੈ, ਸਾਡੇ ਬੱਚੇ ਅੱਜ ਤੋਂ 17 ਸਾਲ ਜਾਂ 18 ਸਾਲ ਪਹਿਲਾਂ ਦਾ ਪਾਠਕ੍ਰਮ ਜਿਹੜਾ ਉਸ ਵਕਤ ਨਵਾਂ ਸੀ, ਅੱਜ ਉਹੀ 18 ਸਾਲ ਤੋਂ ਉਹੀ ਲਕੀਰ ਫਕੀਰ ਬਣਦੇ ਤੁਰੇ ਆ ਰਹੇ ਨੇ ਜੀ। ਜਦੋਂ ਕਿ ਅਸੀਂ ਦੇਖੀਏ ਤਾਂ 18 ਸਾਲਾਂ ਵਿੱਚ ਸਮਾਂ ਬਹੁਤ ਬਦਲ ਗਿਆ। ਤੁਸੀਂ ਮਾਪੇ ਜਿਹੜੇ ਇਸ ਗੱਲ ਦਾ ਅੰਦਾਜ਼ਾ ਲਾ ਲੈਣ ਕਿ ਉਹਨਾਂ ਦੇ ਮੋਬਾਈਲ ਦੀ ਜਿਹੜੀ ਜਨਰੇਸ਼ਨ ਹੈ ਉਹੀ ਬਦਲ ਗਈ ਹੈ। 2005 ਚ ਜਿਹੜਾ ਮੋਬਾਈਲ ਸੀ ਉਹ ਅੱਜ ਕੰਮ ਨਹੀਂ ਕਰਦਾ, ਹਾਂਜੀ, ਫਿਰ 2005 ਦਾ ਸਿਲੇਬਸ ਕਿਵੇਂ ਕੰਮ ਕਰੇਗਾ? ਬਿਲਕੁਲ ਬਿਲਕੁਲ, ਇਹ ਇੱਕ ਚੇਂਜ ਤਬਦੀਲੀ ਡਿਊ ਸੀ, ਮੈਂ ਇਹਨੂੰ ਓਵਰ ਡਿਊ ਕਹੂੰਗਾ ਕਿ ਇਹ ਓਵਰ ਡਿਊ ਹੋ ਗਈ ਸੀ, ਜਿਹੜੀ 2010 ਵਿੱਚ ਹੋ ਜਾਣੀ ਚਾਹੀਦੀ ਸੀ। ਜੇ 2010 ਵਿੱਚ ਨਹੀਂ ਹੋਈ, 2015 ਵਿੱਚ ਹੋ ਜਾਣੀ ਚਾਹੀਦੀ ਸੀ ਜੀ, ਕਿਉਂਕਿ ਜਦੋਂ ਅਸੀਂ ਕਰੀਕੁਲਮ ਡਿਸਾਈਡ ਕਰਦੇ ਹਾਂ ਤਾਂ ਅਸੀਂ 5 ਸਾਲ ਉਸ ਨੂੰ ਦਿੰਦੇ ਹਾਂ। ਹਾਂਜੀ, 2015 ਵਿੱਚ ਵੀ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਜੀ, ਤੇ 2014 ਵਿੱਚ ਜਦੋਂ ਹੁਣ ਸਰਕਾਰ ਬਦਲਦੀ ਹੈ ਤਾਂ ਉਹਨਾਂ ਨੇ ਇਹ ਨਵੀਂ ਐਜੂਕੇਸ਼ਨ ਪਾਲਿਸੀ ਦੀ ਨੀਂਹ ਰੱਖੀ, ਡਿਕਲੇਅਰ ਕੀਤਾ ਕਿ ਅਸੀਂ ਨਵੀਂ ਐਜੂਕੇਸ਼ਨ ਪਾਲਿਸੀ ਲਿਖਾਂਗੇ ਜੀ। ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਲਿਖੀ ਹੀ ਜਾਣੀ ਸੀ, ਉਹ ਆਉਣੀ ਹੀ ਸੀ, ਇਸ ਕਰਕੇ ਜਿਹੜੀ ਵੀ ਪਾਲਿਸੀ ਸਾਡੇ ਕੋਲ ਆਈ ਹੈ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ। ਬਿਲਕੁਲ ਬਿਲਕੁਲ। ਦੂਸਰੀ ਜਿਹੜੀ ਗੱਲ ਹੈ ਕਿ ਇਹ ਪਾਲਿਸੀ ਜਿਹੜੀ ਹੈ ਅੰਤਰਰਾਸ਼ਟਰੀ ਸਟੈਂਡਰਡ ਦੇ ਜਿਹੜੇ ਐਜੂਕੇਸ਼ਨ ਦੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਹੈ। ਹਾਂਜੀ, ਇਹ ਸਾਡੇ ਬੱਚਿਆਂ ਨੂੰ ਤਿਆਰ ਕਰੇਗੀ, ਇੰਟਰਨੈਸ਼ਨਲ ਫੀਲਡ ਵਿੱਚ ਕੰਮ ਕਰਨ ਦੇ ਯੋਗ ਬਣਾਏਗੀ ਜੀ, ਉਹਨਾਂ ਨੂੰ ਉਹੀ ਸਕਿੱਲਸ ਸਿਖਾਏਗੀ ਜਿਨ੍ਹਾਂ ਦੀ ਆਉਣ ਵਾਲੇ ਟਾਈਮ ਵਿੱਚ ਲੋੜ ਪਏਗੀ। ਹਾਂਜੀ, ਹੁਣ ਇਸ ਐਜੂਕੇਸ਼ਨ ਪਾਲਿਸੀ 'ਚ ਬਹੁਤ ਸਾਰੀਆਂ ਗੱਲਾਂ ਆਈਆਂ। ਹਾਂਜੀ, ਔਰ ਸਾਡੇ ਕੋਲ ਜਿਹੜੀ ਲੇਟੈਸਟ ਇਹਦੇ ਵਿੱਚ ਆਈ ਗੱਲ ਹੈ ਉਹ ਹੈ NCF, ਨੈਸ਼ਨਲ ਕਰੀਕੁਲਮ ਫਰੇਮਵਰਕ ਜੀ। ਸਭ ਤੋਂ ਪਹਿਲੀ ਜਿਹੜੀ ਤਬਦੀਲੀ ਆਈ ਉਹ ਇਹ ਹੈ ਕਿ ਅਸੀਂ ਪ੍ਰੀ ਸਕੂਲ ਦੀਆਂ 3 ਕਲਾਸਾਂ ਨੂੰ ਸਕੂਲ ਐਜੂਕੇਸ਼ਨ ਵਿੱਚ ਜੋੜ ਦਿੱਤਾ। ਹਾਂਜੀ, ਹੁਣ ਸਾਡੇ ਕੋਲ ਜਿਹੜਾ ਪਹਿਲਾ ਗਰੁੱਪ ਬਣਦਾ ਉਹ 5 ਸਾਲ ਦਾ ਬਣਦਾ, ਔਰ ਫਾਊਂਡੇਸ਼ਨ ਉਸਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਪ੍ਰੀ ਸਕੂਲ ਦੇ 3 ਸਾਲ ਤੇ ਕਲਾਸ 1 ਤੇ 2 ਦੀਆਂ ਦਾ ਕਰੀਕੁਲਮ ਸ਼ਾਮਲ ਹੈ। ਹਾਂਜੀ, ਹੁਣ ਇਹ ਕਰੀਕੁਲਮ ਜਿਹੜਾ ਹੈ ਉਹ ਇੱਕ ਖਾਸ ਕਿਸਮ ਦਾ ਕਰੀਕੁਲਮ ਹੈ ਜੀ, ਜਿਹਦੇ ਵਾਸਤੇ NCF ਵਿੱਚ ਲਿਖਿਆ ਹੋਇਆ ਹੈ ਕਿ ਬੱਚੇ ਨੂੰ ਹੋਮ ਲੈਂਗੁਏਜ ਵਿੱਚ ਪੜਾਇਆ ਜਾਣਾ ਜੀ, ਉਹਦਾ ਮੀਡੀਅਮ ਹੋਮ ਲੈਂਗੁਏਜ ਰਹੇਗਾ। ਹੋਮ ਲੈਂਗੁਏਜ ਦਾ ਮਤਲਬ ਜਿਹੜੀ ਵੀ ਭਾਸ਼ਾ ਉਹਦੇ ਘਰ ਵਿੱਚ ਬੋਲੀ ਜਾਂਦੀ ਹੈ, ਹਿੰਦੀ ਹੈ ਹਿੰਦੀ, ਪੰਜਾਬੀ ਹੈ ਪੰਜਾਬੀ, ਜੇ ਅੰਗਰੇਜ਼ੀ ਹੈ ਅੰਗਰੇਜ਼ੀ, ਜੇ ਕਮਾਓ ਦੇ ਇਲਾਕੇ ਵਿੱਚ ਕਮਾਓ ਨਹੀਂ ਬੋਲੀ ਜਾਂਦੀ ਤਾਂ ਫਿਰ ਅਸੀਂ ਬੱਚੇ ਨੂੰ ਕਮਾਉਣੀ ਕੀ ਪੜਾਵਾਂਗੇ, ਕਮਾਓ ਦੀ ਲੈਂਗੁਏਜ ਵਿੱਚ ਪੜਾਵਾਂਗੇ, ਇਹ ਸ਼ਰਤ ਹੈ ਉਹਦੇ ਵਿੱਚ।
ਸਾਨੂੰ ਆਪਣੇ ਟੀਚਰਸ ਨੂੰ ਉਹਦੇ ਮੁਤਾਬਕ ਟ੍ਰੇਨਡ ਕਰਨਾ ਪਏਗਾ ਜੀ। ਦੂਸਰਾ ਇਹ ਹੈ ਕਿ ਇਸ ਇਹਨਾਂ ਸਾਲਾਂ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਗੱਲਬਾਤ ਕਰਨ ਦਾ ਮੌਕਾ ਦਿੱਤਾ ਜਾਵੇ ਜੀ, ਬੱਚੇ ਨੂੰ ਕਨਵਰਸੇਸ਼ਨ ਵਿੱਚ ਪਾਇਆ ਜਾਵੇ, ਨਾ ਕਿ ਉਹਨੂੰ ਪੜ੍ਹਾਉਣ ਉਹਨੂੰ ਲਿਖਾਉਣ ਵਿੱਚ ਤੇ ਪੜ੍ਹਨ ਵਿੱਚ ਮਸਤ ਕਰ ਦਿੱਤਾ ਜਾਵੇ ਜੀ। ਕਿਤਾਬਾਂ ਦਾ ਕੋਈ ਰੋਲ ਨਹੀਂ ਇਹਦੇ ਵਿੱਚ, ਇਹਦੇ ਵਿੱਚ ਇੰਨੀਆਂ ਸਾਰੀਆਂ ਐਕਟੀਵਿਟੀਜ਼ ਨੇ ਜਿਨ੍ਹਾਂ ਐਕਟੀਵਿਟੀਜ਼ ਨੂੰ ਕਰਦਿਆਂ ਬੱਚੇ ਨੇ ਸਾਰਾ ਕੁਛ ਸਿੱਖ ਜਾਣਾ ਜੀ। ਔਰ ਇਸ ਇਹਨਾਂ 5 ਸਾਲਾਂ ਵਿੱਚ ਅਸੀਂ ਬੱਚੇ ਦੇ ਅੰਦਰ ਜਿਹੜੀ ਕੁਦਰਤ ਵੱਲੋਂ ਸਿੱਖਣ ਦੀ ਇੱਕ ਪ੍ਰਕਿਰਤੀ ਦਿੱਤੀ ਹੁੰਦੀ ਹੈ, ਸੁਭਾਵਕ ਜਿਹੜੀ ਉਹਦਾ ਗੁਣ ਦਿੱਤਾ ਹੁੰਦਾ ਕੁਦਰਤ ਨੇ, ਉਹਦੀ ਭਰਪੂਰ ਵਰਤੋਂ ਕਰਨੀ ਹੁੰਦੀ ਹੈ ਤੇ ਹਰ ਚੀਜ਼ ਉਹ ਕਰਕੇ ਦੇਖੇ, ਖੁਦ ਕਰਕੇ ਸਿੱਖੇ ਜੀ, ਔਰ ਸਿੱਖਣ ਤੋਂ ਬਾਅਦ ਫਿਰ ਉਹ ਆਪਣੇ ਸਾਥੀਆਂ ਨਾਲ ਉਹਦਾ ਉਹਨੂੰ ਸ਼ੇਅਰ ਕਰੇ ਜੀ। ਇਹਦੇ ਵਾਸਤੇ ਸਾਨੂੰ ਅਸੀਂ ਨੇ ਇਹ ਜਿਹੜਾ ਕਰੀਕੁਲਮ ਹੈ 2023-24 ਤੋਂ ਲਾਗੂ ਕਰ ਦਿੱਤਾ ਜੀ, ਜਿਹੜਾ ਸਾਲ ਚੱਲਦਾ ਪਿਆ ਇਹਦੇ ਵਿੱਚ ਲਾਗੂ ਹੈ। ਪਰ ਸਾਡੇ ਕੋਲ ਕਿਤਾਬਾਂ ਨਹੀਂ ਇਹਦੇ ਉੱਤੇ, ਸਾਡੇ ਕੋਲ ਗਾਈਡੈਂਸ ਨਹੀਂ ਹੈ, ਸਾਡੇ ਕੋਲ ਟੀਚਰ ਟ੍ਰੇਨਿੰਗ ਨਹੀਂ ਹੈ, ਸਾਡੇ ਕੋਲ ਟੀਚਰ ਟ੍ਰੇਨਡ ਨਹੀਂ ਹੈ। ਲੇਕਿਨ ਹੁਣ ਜੇਕਰ ਸਕੂਲ ਬੱਚਿਆਂ ਵਾਸਤੇ ਸਿੰਸੀਅਰ ਨੇ, ਅਸੀਂ ਮੰਨ ਕੇ ਚੱਲਦੇ ਹਾਂ ਕਿ ਜੇ ਸਕੂਲ ਆਪਣੇ ਬੱਚਿਆਂ ਲਈ ਸੁਹਿਰਦ ਨੇ ਤਾਂ ਉਹਨਾਂ ਨੂੰ ਚਾਹੀਦਾ ਕਿ ਆਪਣੇ ਟੀਚਰ ਟ੍ਰੇਨ ਕਰਾਉਣ ਜੀ, ਆਪਣੇ ਟੀਚਰਸ ਨੂੰ ਇਹਦੇ ਨਾਲ ਜੋੜਨ। ਐਨਸੀਐਸ ਦੀ ਕਾਪੀ ਜਿਹੜੀ 365 ਪੇਜ ਦੀ ਹੈ ਜੀ, ਇਹ ਲਗਭਗ ਹਰ ਸਕੂਲ ਵਿੱਚ ਹੋਣੀ ਚਾਹੀਦੀ ਹੈ। ਹਾਂਜੀ, ਸਾਡੇ ਮੁਤਾਬਕ ਤੇ ਇਹ ਹਰ ਟੀਚਰ ਕੋਲ ਹੋਣੀ ਚਾਹੀਦੀ ਜੀ। ਜੀ ਬਿਲਕੁਲ ਬਿਲਕੁਲ ਚਾਹੀਦੀ ਹੈ। ਇੰਨਾ ਕੁਝ ਹੈ, ਇੰਨਾ ਕੁਝ ਵਧੀਆ ਲਿਖਿਆ ਹੋਇਆ, ਇੰਨਾ ਕੁਝ ਬੱਚੇ ਦੇ ਹੱਕ ਵਿੱਚ ਲਿਖਿਆ ਹੋਇਆ, ਇੰਨਾ ਕੁਝ ਮਾਪਿਆਂ ਦੇ ਹੱਕ 'ਚ ਲਿਖਿਆ ਹੋਇਆ ਕਿ ਜੇ ਅਗਰ ਇਹਦੀ ਵਰਤੋਂ ਕੀਤੀ ਜਾਵੇ ਤਾਂ ਸਾਡੀ ਪੜ੍ਹਾਈ ਦਾ ਜਿਹੜਾ ਨਕਸ਼ਾ ਹੀ ਬਦਲ ਜਾਏਗਾ। ਅਸੀਂ ਬੱਚੇ ਨੂੰ ਖੁਦ ਫੈਸਲੇ ਕਰਨ ਦੀ ਖੁੱਲ ਦਿੰਦੇ ਜੀ, ਉਹ ਖੁਦ ਸੋਚੇ ਕਿ ਮੈਂ ਕੀ ਖਾਣਾ, ਮੈਂ ਕੀ ਪਾਉਣਾ, ਮੈਂ ਕਿਵੇਂ ਉੱਠਣਾ, ਮੈਂ ਕਦੋਂ ਉੱਠਣਾ, ਮੈਂ ਕਦੋਂ ਜਾਗਣਾ, ਮੈਂ ਕਦੋਂ ਖੇਡਣਾ, ਮੈਂ ਕੀ ਖੇਡਣਾ, ਮੈਂ ਕਿਵੇਂ ਖੇਡਣਾ। ਬਿਲਕੁਲ, ਸਾਡਾ ਬੱਚਾ ਨਿੱਕੇ ਨਿੱਕੇ ਫੈਸਲੇ ਕਰਨੇ ਸਿੱਖੇਗਾ ਤਾਂ ਹੀ ਉਹ ਅੱਗੇ ਜਾ ਕੇ ਜ਼ਿੰਦਗੀ 'ਚ ਵੱਡੇ ਫੈਸਲੇ ਕਰੇਗਾ। ਹਾਂਜੀ ਬਿਲਕੁਲ ਜੀ ਬਿਲਕੁਲ। ਹੁਣ ਤੱਕ ਜਿਹੜਾ ਅਸੀਂ ਬੱਚਿਆਂ ਨੂੰ ਕਲਾਸਾਂ ਵਿੱਚ ਬੰਨ੍ਹ ਕੇ ਰੱਖ ਲੈਂਦੇ ਹਾਂ, ਅਸੀਂ ਬੱਚਿਆਂ ਨੂੰ ਹਿੱਲਣ ਨਹੀਂ ਦਿੰਦੇ, ਪਰ ਸਾਡੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਤੇ ਬੋਲਣ ਦਾ ਮੌਕਾ ਹੀ ਨਹੀਂ ਮਿਲਦਾ। ਬਿਲਕੁਲ ਜੀ ਬਿਲਕੁਲ, ਟੀਚਰ ਆਉਂਦਾ ਬੋਲ ਕੇ ਚਲੇ ਜਾਂਦਾ, ਬੱਚਾ ਵਿਚਾਰਾ ਜਿਹੜਾ ਉਹ ਬੈਠਾ ਸੁਣਨ ਤੱਕ ਸੀਮਿਤ ਰਹਿੰਦਾ, ਕਈ ਵਾਰ ਤੇ ਉਹਨੂੰ ਸਮਝ ਵੀ ਨਹੀਂ ਆ ਰਿਹਾ ਹੁੰਦਾ ਕਿ ਕੀ ਬੋਲ ਰਿਹਾ ਟੀਚਰ, ਕੀ ਨਹੀਂ ਬੋਲ ਰਿਹਾ। ਇਹ ਮੁਸ਼ਕਲ ਬਹੁਤ ਵੱਡੀ ਹੈ, ਇਸੇ ਕਰਕੇ ਬੱਚਿਆਂ ਦਾ ਸ਼ਾਇਦ ਬੌਧਿਕ ਵਿਕਾਸ ਬਹੁਤ ਘੱਟ ਹੁੰਦਾ ਜੀ। ਹਾਂ, ਅਸੀਂ ਇਹਦੇ ਵਿੱਚ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਹੀ ਹਾਂ, ਲੇਕਿਨ ਨਾਲ ਹੀ ਉਹਨਾਂ ਨੂੰ ਕਹਾਣੀਆਂ ਬਣਾਉਣ ਲਈ ਵੀ ਕਹਿੰਦੇ ਜੀ। ਅਸੀਂ ਉਹਦੀ ਇਮੈਜੀਨੇਸ਼ਨ ਨੂੰ ਪੂਰੀ ਤਰ੍ਹਾਂ ਮਤਲਬ ਉਹਨੂੰ ਛੇੜ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਇਮੈਜੀਨੇਸ਼ਨ ਨਾਲ ਪੂਰੀ ਕਲਪਨਾ ਕਰ ਸਕੇ। ਔਰ ਇਹਦੇ ਵਾਸਤੇ ਮੈਨੂੰ ਇੱਕ ਬੜਾ ਸ਼ੇਅਰ ਹੈ ਹਿੰਦੀ ਦੇ ਵਿੱਚ, ਉਹ ਮੈਨੂੰ ਯਾਦ ਆ ਰਿਹਾ ਕਿ ਸਾਨੂੰ ਮਾਪਿਆਂ ਨੂੰ ਤੇ ਸਕੂਲਾਂ ਨੂੰ ਉਹ ਸ਼ੇਅਰ ਮਤਲਬ ਲਿਖ ਕੇ ਰੱਖ ਲੈਣਾ ਚਾਹੀਦਾ ਹੈ ਕਿ ਬੱਚੋਂ ਕੇ ਛੋਟੇ ਹਾਥੋਂ ਕੋ ਚਾਂਦ ਸਿਤਾਰੇ ਛੂਨੇ ਦੋ, ਚਾਰ ਕਿਤਾਬੇ ਪੜ੍ਹ ਕਰ ਇਹ ਵੀ ਹਮ ਜੈਸੇ ਹੋ ਜਾਏਗੇ। ਵਾਹ ਜੀ ਵਾਹ, ਬਹੁਤ ਵਧੀਆ। ਸਾਡਾ ਸਿੱਖਿਆ ਤੰਤਰ ਹੁਣ ਤੱਕ ਬੱਚਿਆਂ ਨੂੰ ਸੈਂਸਟਾਈਜ਼ ਨਹੀਂ ਰਿਹਾ, ਇੱਕ ਸੈਂਸਿਟਿਵ ਬਣਾ ਰਿਹਾ ਜੀ। ਤੁਸੀਂ ਅਸੀਂ ਐਕਚੁਲੀ ਮੈਂ ਪੋਸਟਾਂ ਆਪਣੇ ਸੋਸ਼ਲ ਮੀਡੀਆ ਤੇ ਪਾਉਂਦਾ ਰਹਿੰਦਾ ਵਾਂ, ਆਪਾਂ ਵੀ ਸੋਸ਼ਲ ਮੀਡੀਆ ਤੋਂ ਹੀ ਅੱਗੇ ਜੁੜੇ ਹਾਂ ਹਾਂਜੀ, ਔਰ ਇਹ ਜਿਹੜੀ ਸਾਡੀ ਗੱਲਬਾਤ ਹੈ ਵੀ ਸੋਸ਼ਲ ਮੀਡੀਆ ਤੇ ਫਲੋਟ ਕਰੇਗੀ ਜੀ। ਬਿਲਕੁਲ, ਅਸੀਂ ਹੁਣ ਤੱਕ ਬੱਚਿਆਂ ਨੂੰ ਰੱਬ ਦਾ ਸਮਝਦੇ ਹਾਂ ਹਾਂਜੀ, ਅਸੀਂ ਸਾਰੇ ਕਹਿੰਦੇ ਹਾਂ ਕਿ ਬੱਚੇ ਭਗਵਾਨ ਦਾ ਰੂਪ ਹੁੰਦੇ ਨੇ, ਰੱਬ ਦਾ ਰੂਪ ਹੁੰਦਾ ਜੀ, ਲੇਕਿਨ ਅਸੀਂ ਉਹਦੀ ਕੇਅਰ ਨਹੀਂ ਕਰਦੇ। ਹਾਂਜੀ, ਅਸੀਂ ਪੂਜਾ ਕਿਸੇ ਹੋਰ ਦੀ ਕਰਦੇ ਹਾਂ, ਜਿਹੜੇ ਜੀਂਦੇ ਜਾਗਦੇ ਰੱਬ ਸਾਡੇ ਕੋਲ ਬੈਠੇ ਨੇ, ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਦੇ। ਹਾਂਜੀ, ਬੱਚਿਆਂ ਨੂੰ ਬੱਚਿਆਂ ਅਨੁਸਾਰ ਬੱਚਿਆਂ ਮੁਤਾਬਕ ਦੁਨੀਆਂ ਦੇਖਣ ਦਿਓ ਜੀ, ਉਹਨਾਂ ਨੂੰ ਇਸ ਆਲੇ ਦੁਆਲੇ ਦੀ ਦੁਨੀਆਂ ਨਾਲ ਇੰਟਰੈਕਟ ਕਰਨ ਦਿਓ। ਜਦੋਂ ਉਹ ਇੰਟਰੈਕਟ ਕਰਨਗੇ, ਉਹਨਾਂ ਦਾ ਅਨੁਭਵ ਜਿਹੜਾ ਉਹਨਾਂ ਦਾ ਸਭ ਤੋਂ ਵਧੀਆ ਅਧਿਆਪਕ ਹੈ, ਔਰ ਉਹਨਾਂ ਨੂੰ ਜੋ ਕੁਝ ਸਿਖਾਏਗਾ, ਜੋ ਕੁਝ ਸਿੱਖਣਗੇ, ਉਹ ਬਹੁਤ ਕੀਮਤੀ ਸਬਕ ਹੋਣਗੇ ਜੀ। ਲੇਕਿਨ ਅਸੀਂ ਅਗਰ ਜਮਾਤਾਂ ਚ ਉਹਨਾਂ ਦੇ ਬਸਤੇ ਦਾ ਬੋਝ, ਕਿਤਾਬਾਂ ਦਾ ਬੋਝ, ਪੜ੍ਹਾਈ ਦਾ ਬੋਝ, ਟਿਊਸ਼ਨ ਦਾ ਬੋਝ, ਇਹ ਸਾਰਾ ਕੁਝ ਲੱਦ ਦਿੱਤਾ ਜੀ, ਤਾਂ ਮੇਰਾ ਨਹੀਂ ਖਿਆਲ ਹੈਗਾ ਕਿ ਅਸੀਂ ਆਪਣੇ ਬੱਚਿਆਂ ਨਾਲ ਚਰਚਾ
ਬਿਲਕੁਲ ਜੀ ਬਿਲਕੁਲ। ਜਿਸ ਤਰ੍ਹਾਂ ਕੋਈ ਛੋਟਾ ਪੌਦਾ ਉੱਗ ਰਿਹਾ ਤੇ ਅਸੀਂ ਉਹਦੇ ਉੱਤੇ ਭਾਰ ਰੱਖ ਦਈਏ ਤੇ ਫਿਰ ਕਹੀਏ ਕਿ ਇਹ ਸਿੱਧਾ ਕਿਉਂ ਨਹੀਂ ਜਾਂਦਾ। ਦੇਖੋ ਬੱਚੇ ਬੜੇ ਹੀ ਨਾਜ਼ੁਕ ਚੀਜ਼ ਨੇ, ਨਾਜ਼ੁਕ ਅਹਿਸਾਸ ਹੁੰਦਾ ਬੱਚਿਆਂ ਦਾ, ਸਾਨੂੰ ਉਹ ਬਚਪਨ ਖਤਮ ਨਹੀਂ ਕਰਨਾ ਚਾਹੀਦਾ ਜੀ, ਔਰ ਸਕੂਲਾਂ ਨੂੰ ਵੀ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ। ਔਰ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਇੰਟਰਸਟਿੰਗ ਇਹਦੇ ਉੱਤੇ ਦੱਸਾਂ ਜੀ ਸਰ, ਕਿ ਬੱਚਿਆਂ ਦਾ ਜਿਹੜਾ ਇਹ ਕਰੀਕੁਲਮ ਹੈ ਇਹ ਲਗਭਗ ਪੱਛਮੀ ਦੇਸ਼ਾਂ ਚ ਵੀ ਏਦਾਂ ਹੀ ਹੁੰਦਾ। ਹੁਣ ਇਹ ਜੀ ਕਰੀਕੁਲਮ ਅਸੀਂ ਜੇ ਪੱਛਮੀ ਦੇਸ਼ਾਂ ਚ, ਮੈਂ ਇੰਗਲੈਂਡ ਦਾ ਕਰੀਕੁਲਮ ਦੇਖਿਆ, ਅਮੈਰੀਕਾ ਦਾ ਦੇਖਿਆ, ਕੈਨੇਡਾ ਦਾ ਦੇਖਿਆ, ਉੱਥੇ ਬੱਚੇ ਕੀ ਕਰਦੇ ਨੇ, ਬੱਚਿਆਂ ਨੂੰ ਕੀ ਕਰਾਇਆ ਜਾਂਦਾ ਜੀ, ਔਰ ਖਾਸ ਕਰਕੇ ਇਹਨਾਂ ਛੋਟੀਆਂ ਕਲਾਸਿਸ ਵਿੱਚ ਬੱਚਿਆਂ ਨੂੰ ਕਿੱਦਾਂ ਟ੍ਰੀਟ ਕੀਤਾ ਜਾਂਦਾ, ਇਹ ਜਿਹੜੇ ਮੈਥਡ ਉੱਥੇ ਯੂਜ਼ ਕੀਤੇ ਜਾਂਦੇ ਨੇ ਅਸੀਂ ਉਹੀ ਮੈਥਡ ਇੱਥੇ ਵਰਤ ਰਹੇ ਹਾਂ ਜੀ। ਤੇ ਸਾਨੂੰ ਮਾਪਿਆਂ ਨੂੰ ਚਾਹੀਦਾ ਕਿ ਉਹ ਸਕੂਲਾਂ ਨਾਲ ਜੁੜਨ ਹਾਂਜੀ, ਔਰ ਬੱਚੇ ਆਪਣੇ ਇਹ ਨਾ ਪੁੱਛਣ ਕਿ ਸਾਡੇ ਬੱਚਿਆਂ ਨੇ ਕਿੰਨੇ ਨੰਬਰ ਲਏ ਨੇ। ਨੰਬਰਾਂ ਦੀ ਜਿਹੜੀ ਗੇਮ ਹੈ ਇਹਦੇ ਬਾਰੇ ਵੀ ਅਸੀਂ ਮਤਲਬ ਵਿਸਥਾਰ ਚ ਗੱਲ ਕਰ ਸਕਦੇ ਹਾਂ ਜੀ ਜੀ ਜੀ। ਤੇ ਨੰਬਰ ਜਿਹੜੇ ਨੇ ਉਹ ਕਿਸੇ ਬੱਚੇ ਦੀ ਇੰਟੈਲੀਜੈਂਸ ਦੇ ਅਸਲੀ ਪਛਾਣ ਨਹੀਂ ਹੁੰਦੇ ਹਾਂਜੀ। ਮਾਪਿਆਂ ਕੋਲ ਵੀ ਸਰਟੀਫਿਕੇਟ ਹੋਣਗੇ, ਮੈਂ ਇੱਕ ਵਰਕਸ਼ਾਪ ਚ ਪੁੱਛ ਰਿਹਾ ਸੀ ਵੀ ਸਾਰੇ ਟੀਚਰ ਨੂੰ ਵੀ ਤੁਹਾਡੇ ਕੋਲ ਸਾਰਿਆਂ ਕੋਲ ਸਰਟੀਫਿਕੇਟ ਹੋਣਗੇ, ਉਹਨਾਂ ਦੇ ਨੰਬਰ ਵੀ ਲੱਗੇ ਹੋਣਗੇ ਜੀ, ਔਰ ਕੀ ਉਹ ਨੰਬਰ ਕੀ ਉਹ ਸਰਟੀਫਿਕੇਟ ਉਹਨਾਂ ਦੀ ਪਰਸਨੈਲਿਟੀ ਨੂੰ ਰਿਪ੍ਰੇਜੈਂਟ ਕਰਦੇ ਆ। ਮੈਨੂੰ ਕਿਸੇ ਟੀਚਰ ਨੇ ਹੱਥ ਖੜਾ ਕਰਕੇ ਨਹੀਂ ਕਿਹਾ ਕਿ ਜੀ ਹਾਂ ਕਰਦੇ ਆ ਜੀ। ਇਹਦਾ ਮਤਲਬ ਇਹ ਹੈ ਕਿ ਸਾਡੇ ਸਿੱਖਣ ਦਾ ਜਿਹੜਾ ਤਰੀਕਾ ਹੈ ਲਗਾਤਾਰ ਬਦਲਦਾ ਰਹਿੰਦਾ, ਜ਼ਿਆਦਾ ਕੁਛ ਸਿੱਖਦੇ ਆ, ਨਵਾਂ ਸਿੱਖਦੇ ਆ ਜੀ, ਨਵਾਂ ਕੁਝ ਐਕਵਾਇਰ ਕਰਦੇ ਆ, ਤਾਂ ਨੰਬਰਾਂ ਦੇ ਉੱਤੇ ਤੇ ਕਦੇ ਪੈਣਾ ਹੀ ਨਹੀਂ ਚਾਹੀਦਾ ਹਾਂਜੀ। ਨੰਬਰ ਜਿਹੜੇ ਨੇ ਔਰ ਕ੍ਰੈਮਿੰਗ ਮੈਮਰੀ, ਰੋਟ ਮੈਮਰੀ, ਘੋਟਾ ਲਾਣਾ, ਤੋਤੇ ਵਾਂਗੂ ਰਟਣਾ, ਇਹ ਐਜੂਕੇਸ਼ਨ ਦੇ ਸਭ ਤੋਂ ਬੋਟਮ ਦੀ ਗੱਲ ਹੈ, ਲੋਅਸਟ ਗੱਲ ਹੈ ਜਿਹੜੀ ਨੌਲੇਜ ਹੈਗੀ ਹੈ। ਨੌਲੇਜ ਸਭ ਤੋਂ ਹੇਠਲੇ ਲੈਵਲ ਦੀ ਚੀਜ਼ ਹੈ ਔਰ ਇਹਦੀ ਕੋਈ ਇੰਪੋਰਟੈਂਸ ਨਹੀਂ ਹੈਗੀ। ਨੌਲੇਜ ਬਦਲ ਜਾਂਦੀ ਹੈ, ਜਿਹਨਾਂ ਚੀਜ਼ਾਂ ਵਾਸਤੇ ਤੁਸੀਂ ਬੱਚਿਆਂ ਨੂੰ ਸਜ਼ਾ ਦਿੱਤੀ ਹੋਏਗੀ, ਰਟਾਇਆ ਹੋਏਗਾ, ਉਹਨਾਂ ਨੂੰ ਜਗਾਇਆ ਹੋਏਗਾ, ਤੰਗ ਕੀਤਾ ਹੋਏਗਾ, ਉਸ ਸਾਰੇ ਗਿਆਨ ਨੇ ਬਦਲ ਜਾਣਾ ਜੀ। ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਗੱਲਾਂ ਸਾਨੂੰ ਅੱਜ ਨਹੀਂ ਰਹੀਆਂ, 10 ਸਾਲਾਂ ਚ ਇੰਨੀ ਤਬਦੀਲੀ ਆ ਗਈ ਹੈ ਜੀ। ਹਾਂ, ਬੱਚੇ ਦੇ ਸਿੱਖਣ ਦੇ ਤਰੀਕੇ ਜਿਹੜੇ ਨੇ ਉਹ ਵਿਕਸਿਤ ਹੋਣੇ ਚਾਹੀਦੇ ਹੈ, ਉਹ ਇੰਪਰੂਵ ਹੁੰਦੇ ਰਹਿਣੇ ਚਾਹੀਦੇ ਹੈ, ਉਹ ਤਾਂ ਹੀ ਹੋਣਗੇ ਜੇ ਉਹਨਾਂ ਨੂੰ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ। ਜਿੰਨੀਆਂ ਜ਼ਿਆਦਾ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ ਉਹਨਾਂ ਜ਼ਿਆਦਾ ਬੱਚੇ ਸਿੱਖਣਗੇ, ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲੇਗਾ। ਇਸ ਵਾਸਤੇ ਸਾਡੇ ਸਕੂਲਾਂ ਵਿੱਚ ਅਧਿਆਪਕ ਟ੍ਰੇਨਡ ਹੋਣੇ ਚਾਹੀਦੇ ਨੇ। ਸਰ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਗੱਲ ਫਿਰ ਹਾਂਜੀ ਹਾਂਜੀ ਅਗਲਾ ਸਵਾਲ ਤੁਹਾਡਾ ਲਵਾਂਗੇ ਜੀ ਜੀ, ਕਰੋ ਪੂਰਾ। ਟੀਚਰਸ ਨੂੰ ਵੀ ਅਕਸਰ ਕਹਿਣਾ, ਜਿਵੇਂ ਤੁਸੀਂ ਮੈਨੂੰ ਪਹਿਲਾਂ ਕਹੇ ਕਿ ਟੀਚਰ ਬੋਲ ਕੇ ਆ ਜਾਂਦਾ, ਕਲਾਸ ਵਿੱਚ ਟੀਚਰ ਨੂੰ ਸਿਰਫ 5 ਮਿੰਟ ਬੋਲਣਾ ਚਾਹੀਦਾ ਹਾਂਜੀ, 30 ਮਿੰਟ ਦੇ ਬੱਚਿਆਂ ਨੂੰ ਦੇਣੇ ਚਾਹੀਦੇ ਆ। ਬਿਲਕੁਲ, ਸਿੱਖਣ ਲਈ ਬੱਚੇ ਆਏ ਨੇ, ਹਾਂਜੀ, ਬੱਚੇ ਜਿੰਨੀਆਂ ਗੱਲਾਂ ਕਰਨਗੇ, ਜਿੰਨੀ ਗੱਲਬਾਤ ਕਰਨਗੇ, ਜਿੰਨੀਆਂ ਕਹਾਣੀਆਂ ਸੁਣਾਉਣਗੇ, ਕਵਿਤਾਵਾਂ ਸੁਣਾਉਣਗੇ, ਤੁਹਾਡੇ ਨਾਲ ਗੱਲਾਂ ਕਰਨਗੇ, ਸਵਾਲ ਪੁੱਛਣਗੇ, ਉਹਨਾਂ ਦੇ ਸਿੱਖਣ ਦੀ ਜਿਹੜੀ ਕੌਸ਼ਲ ਆ ਉਹਨਾਂ ਹੀ ਜ਼ਿਆਦਾ ਡਿਵੈਲਪ ਹੋਏਗਾ, ਉਹਨਾਂ ਦਾ ਮਾਇੰਡ ਖੁੱਲੇਗਾ। ਸਾਨੂੰ ਮਾਇੰਡ ਖੋਲਣ ਦੀ ਲੋੜ ਹੈ। ਬਿਲਕੁਲ ਸਰ, ਤੁਸੀਂ ਇਹ ਬਹੁਤ ਵਧੀਆ ਗੱਲ ਕਹਿ ਰਹੇ ਹੋ, ਔਰ ਤੁਹਾਡਾ ਇੱਕ ਇਹਦੇ ਵਿੱਚ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਜਿਹੜਾ ਉਹ ਜ਼ਿਆਦਾ ਟਾਈਮ ਮਿਲਣਾ ਚਾਹੀਦਾ ਬੋਲਣ ਲਈ, ਬੱਚੇ ਆ ਜਿਹੜੇ ਉਹਨਾਂ ਨੂੰ ਜ਼ਿਆਦਾ ਟਾਈਮ ਮਿਲਣਾ ਚਾਹੀਦਾ ਐਕਟੀਵਿਟੀਜ਼ ਲਈ, ਪਰ ਸਕੂਲਾਂ ਦਾ ਟੀਚਰਾਂ ਦੇ ਸਿਰ 'ਤੇ ਇੱਕ ਸਕੂਲ ਦੇ ਵਿੱਚ ਉਹਦਾ ਨਾਮ ਹੁੰਦਾ ਪ੍ਰਿੰਸੀਪਲ, ਐਕਚੁਲੀ ਉਹ ਜਸਟ ਮੈਨੇਜਰ ਹੁੰਦੀ ਹੈ, ਪ੍ਰਿੰਸੀਪਲ ਨਹੀਂ ਹੁੰਦੀ, ਮੈਨੇਜਰ ਹੁੰਦੀ ਹੈ। ਮੈਨੇਜਰ ਦਾ ਮਤਲਬ ਜੋ ਮੈਨੇਜਮੈਂਟ ਦੀਆਂ ਵਿਸ਼ਿਜ਼ ਫੁਲਫਿਲ ਕਰੇ, ਬੱਚਿਆਂ ਤੋਂ ਜ਼ਿਆਦਾ ਪ੍ਰਾਇਓਰਟੀਜ਼ ਮੈਨੇਜਮੈਂਟ ਨੂੰ, ਉਹਨਾਂ ਦੇ ਬਜਟ ਨੂੰ, ਉਹਨਾਂ ਚੀਜ਼ਾਂ ਨੂੰ ਦੇਵੇ, ਔਰ ਸਟਾਫ ਤੋਂ ਇਸ ਤਰ੍ਹਾਂ ਕੰਮ ਲਵੇ ਜਿਵੇਂ ਕਲਰਕਾਂ ਤੋਂ ਕੰਮ ਲਿਆ ਜਾਂਦਾ। ਟੀਚਰ ਕਲਰਕ ਨਹੀਂ ਹੁੰਦੇ, ਔਰ ਮੇਰੇ ਖਿਆਲ ਦੇ ਵਿੱਚ ਪ੍ਰਿੰਸੀਪਲ ਇੱਕ ਹੋਰ ਚੀਜ਼ ਹੁੰਦੀ ਹੈ ਅਤੇ ਮੈਨੇਜਰ ਹੋਰ ਚੀਜ਼ ਹੁੰਦਾ। ਮੇਰਾ ਸਵਾਲ ਇੱਥੇ ਇਹੀ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਐਕਟੀਵਿਟੀਜ਼ ਤਾਂ ਬੱਚਿਆਂ ਨੂੰ ਕਰਵਾਈਆਂ ਹੀ ਨਹੀਂ ਜਾਂਦੀਆਂ, ਕਿਉਂਕਿ ਉਹਨਾਂ ਦਾ ਹਰ ਪਲ ਪਲ 'ਤੇ ਇੱਕ ਹੀ ਟੀਚਰ ਤੋਂ ਰਿਕਾਰਡ ਲਿਆ ਜਾਂਦਾ, ਲਿਆ ਵੀ ਰਿਟਰਨ ਕੀ ਕਰਾਇਆ ਤੂੰ, ਉਹਦਾ ਰਿਟਰਨ ਜੋ ਵਰਕ ਹੋਇਆ ਉਹੀ ਟੀਚਰ ਦਾ ਇੱਕ ਰਿਕਾਰਡ ਬੋਲਦਾ, ਜਿਸ ਟੀਚਰ ਨੇ ਕਾਪੀਆਂ ਜ਼ਿਆਦਾ ਭਰਾਤੀਆਂ ਉਹ ਜ਼ਿਆਦਾ ਮਿਹਨਤੀ, ਔਰ ਜਿਹਦੀਆਂ ਕਾਪੀਆਂ ਘੱਟ ਭਰੀਆਂ ਉਹ ਘੱਟ ਮਿਹਨਤੀ। ਔਰ ਐਕਟੀਵਿਟੀਜ਼ ਤਾਂ ਹੋਰ ਕੋਈ ਸਕੂਲਾਂ 'ਚ ਹੁੰਦੀਆਂ ਹੀ ਨਹੀਂ ਹੈ, ਇਹਨੂੰ ਕਿਵੇਂ ਬਦਲਿਆ ਜਾਏ, ਕੀ ਇਹਦੇ ਲਈ ਕੀਤਾ ਜਾਏ, ਇਹੋ ਜਿਹੇ ਸਿਸਟਮ 'ਤੇ ਆਲਮੋਸਟਲੀ ਮਿਲਦਾ ਸਾਨੂੰ।
मैं एक स्कूल दी एग्जाम्पल तो गल शुरू करूं जी। फरीदकोट जिले दे विच, फरीदकोट ते बठिंडे दे हद दे विच एक स्कूल है गवर्नमेंट प्राइमरी स्कूल वाड़ा पाइका जी। इस स्कूल दा फेसबुक पेज है, उत्थे इन्हां दीआं तस्वीरां देखियां जा सकदियां जी। यूट्यूब चैनल है, उत्थे देखिया जा सकदा। हां जी। इस स्कूल विच एक मियां बीवी मतलब पति पत्नी टीचर अध्यापक ने जी इस स्कूल दी काया कल्प कर दिती। हां जी। उस स्कूल दीआं तस्वीरां देख के अज भी असी ए अंदाजा नहीं ला सकते कि ए प्राइवेट स्कूल है कि सरकारी स्कूल है। वाह जी वाह, बहुत वधिया। उत्थे सारे गलीचे विखे होए ने, सारे क्लासेस विच और हर क्लास विच लैंग्वेज लैब है। और मेरा नहीं ख्याल है कि वड़े तो वड़े स्कूल विच लैंग्वेज लैब होवे जी। हां जी। लैंग्वेज लैब दे विच है कि बच्चे दी लिसनिंग स्किल्स डेवलप कीतियां जांदियां ने। और उन्हां ने बड़ी सस्ते जे ढंग नाल, मैं वो अध्यापक नाल गल कीती फोन ते, पुछया मेरे मित्र ने, कहिंदे साडा 1200 रुपया लग्गिया जी। असीं 1200 रुपए च इक क्लास विच लैंग्वेज लैब ला दे। और उन्हां कोल साइंस पढ़न वास्ते 3D प्रोजेक्टर है। 3D प्रोजेक्टर नाल ओ बॉडी दे सारे पार्ट्स स्टडी कर लैंदे ने, सारा कुछ स्टडी कर लैंदे आ। हां जी। और उस स्कूल दे अध्यापक इन्ने क कमिटेड है कि ओ स्कूल विच जेड़ी बोकर पुआरी है ओ भी करन तों झिझकदे नहीं जी। और स्कूल दा इन्ना ना है कि उस नूं देख के पंजाब दे बाकी स्कूल डेवलप होने शुरू शुरू होए जी। बाकी स्कूलां नूं सुरत आई कि असीं भी कुछ करिए, सानूं शर्म आती। हाँ जी। फिर बाकी स्कूलां दे उत्ते रंग रोगन फिरिया, बाकी स्कूलां च कोई चीजां लगियां, सरकार ने ध्यान दिता और उत्थों दे बच्चियां वास्ते ओ टीचर्स ने एक्टिविटीज डिवेलप कीती जी। खुद एक्टिविटीज डिवेलप कीतियां और उन्हां दी रिकॉर्डिंग कीती, रिकॉर्डिंग करके यूट्यूब दे उत्ते पाई है। रोप एक्टिविटी उन्हां दी बड़ी मशहूर एक्टिविटी है जी, जिहड़ी उन्हां टीचर्स ने खुद डिवेलप कीती है। हाँ जी। सवाल यह है कि असी जदों रट्टे तो बाहर कढ़ांगे बच्चियां जी, तां ही असी इन्हां चीजां बारे सोचांगे। हाँ जी। मैं संगरूर विच एक स्कूल है, मैं उत्थे एक वर्कशॉप कंडक्ट करन गया और वो वर्कशॉप जेड़ी उस बड़ा नॉन स्कूल है और एक पंजाब दे पॉलिटिशियंस ने उन्हां दे रिश्तेदारां दा जी। और स्ट्रेंथ बहुत है उत्थे, 300-350 दी स्ट्रेंथ उत्थे, सिर्फ नर्सरी एक नर्सरी दे क्लास दी जी। और मैं उन्होंने कहा कि मेरी मंग सी कि भी तुसी मेनू उस थां ते मेरी वर्कशॉप कंडक्ट करवानी है जिथे बच्चों के खिडौने पए हों, हां जी, जिथे बच्चों का टॉय रूम होएगा जी। जदों मैं उत्थे गया ते मेनू उन्होंने एक प्लास्टिक दी बनी हुई टोकरी दिखाई जिदे विच थर्माकोल दे बने हुए फ्रूट सीगे और वो भी वो कवर कीते हुए सी। तो मैनू कहंदे जी साडे कोल तां आ ही है टॉयज। मैं उन्होंने पूछा, मैं क्या तुसी बच्चा नूं पढ़ांदे किस तरह हो? और कहंदे जी असी LCD-ां LEDs लाईआं होईआं ने ते उहदे नाल असी पेन ड्राइव ला दिंदे आ ते फिर बच्चिआं नूं असी व्हाट इज दिस करके पुछदे रहिंदे जी। मैं उन्होंने कहा जी नहीं, हुण मैनूं उस कमरे च लै के जाओ जिथे प्रोजेक्टर है। हां जी। मैं वो फिर उन्हां नूं दस्या कि बच्चे किवें सिखदे ने जी, बच्चियां दे सिखण दा सिस्टम की हुंदा है और बच्चियां नूं की सिखाया जाना चाहिदा है और किवें सिखाया जाना चाहिदा है, स्कूल च की कुछ होना चाहिदा है, दूजे देशां विच जिहड़े बच्चे पढ़दे ने उन्हां कोल की कुछ हैगा, वो किवें सिखदे ने, किवें असी टीचर बच्चियां नूं ऑब्जर्व करांगे कि इन्हें आह कुछ सिख लिया, आह कुछ सिख लिया, आह कुछ सिख लिया जी। और उस तों बाद मेरी उस वर्कशॉप च उस स्कूल दे प्रिंसिपल भी आके बैठ गए। जदों उन्हां ने मेरा काम देखिया जां मेरे साडे नाल इंटरैक्ट होया तां उन्हां ने इह वादा कीता जी, मैं उन्हां तों प्रोमिस लिया कि तुसीं अपने स्कूल नूं सैंड पिट दिओगे जी। सैंड पिट हर जिहड़ा जी 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 गिल्ली रेत दे विच बैठ के बच्चे और रेत नाल जदों खेडदे ने उहनां दी इमेजिनेशन, उहनां दे हत्थां दी जिहड़ी मसल पावर बनदी है जी, ओह किसे होर तरीके नाल नहीं बन सकदी। बिल्कुल जी सर, ठीक कह रहे हो। एक साडे कोले साडे लिसनर्स दा मैसेज आया है,
वो मैसेज मैं ले लवां। गुरविंदर सिंह बराड़ चंडीगढ़ तो सानू लिख रहे हैं कि गुड शो गुड डिस्कशन थैंक्स सर गुरदीप सिंह जी, तुहानू इन्हां ने थैंक्स भी भेजे है। तो नाल इन्हां दा क्वेश्चन यह है कि बच्चे स्कूल जाण तो जो डरते हैं कि ऐसा किया जाए कि बच्चे स्कूल जाण लग्या डरन ते घबरान ना। एक मैसेज मेरे कोल पहुंचा है साडे लिसनर गुरविंदर सिंह बराड़ चंडीगढ़ तो जी। देखो असी हुण भी जिहड़ी मैं वर्कशॉप मैं चंडीगढ़ दे एरिया च कंडक्ट कीती है जी, और एक तीन दिन पहला दी गल है, और उथे मैं टीचर्स नूं इह गल कही है कि बच्चे नूं किसी भी तरीके का डर नहीं देना जी। ओ किसी भी क्लास विच किसी भी तरीके का डर नहीं देना, बच्चों नूं फिजिकल पनिशमेंट नहीं देनी बच्चों नूं। जे अगर असी डर दिंदे आ डराने आ जी किसी भी तरह का डंडे का सजा का कोई भी असी प्रावधान अगर करते हैं तो बच्चे दे जेड़े सीखने की प्रक्रिया है जी वो एकदम जीरो हो जाती है। हाँ जी जी जी, सीखना साडे सेंसरी ऑर्गन्स ने हुंदा, जिन्नी इनफॉर्मेशन साडे कोल बाहरों आंदी है वो सेंसरी ऑर्गन्स तो आंदी है, असी देखदे आ सुणदे आ सुंघदे आ टेस्ट करदे आ फील करदे आ जी। लेकिन अगर डर दा माहौल होवे तो साडी बॉडी जिहड़ी है डिफेंस मैकेनिज्म च चली जाती जी जी जी, ओहदे जिहड़े सेंसरी ऑर्गन्स ने वो बंद हो जांदे, वो मुड़ जांदे अंदर नूं, वो मैसेजेस लैणा बंद कर दिंदे जी बिल्कुल, और फिर वो बच्चा सीखना बंद कर दिंदा। हाँ जी, फिर उन्होंने टीचर्स नूं दस्या है कि सीखण दा मतलब ये नहीं हैगा कि तुसीं उन्हूं किताब पढ़ा दित्ती है या कहानी दे क्वेश्चन उन्हूं याद करा दिते है जी, या तुसीं उसनूं कोई मैथ दे टेबल करवा अरिथमैटिक दे टेबल करवा दिते है जी, या किसी चीजा दा फला दे ना करवाते। सीखण दा मतलब है ओहदे बिहेवियर विच तब्दीली आ गई जी, और ये तब्दीली परमानेंट है। और स्कूल नूं सिर्फ एहो वाच करना है कि साडे बच्चियां दे विच केड़ी तब्दीली आई है जी, साडे की करन नाल ये तब्दीली आ गई है। हाँ जी, और वो तब्दीली जिहड़ी है लैंग्वेज दे लैवल ते हो सकती है, कंप्यूटेशनल स्किल्स दे लैवल ते हो सकती है, सोशल स्किल्स ते हो सकती है जी, प्रॉब्लम सॉल्विंग ते हो सकती है। इहदे वास्ते बहुत सारे पैरामीटर ने जिहड़े साडी नवीं सिक्ख्या नीति ने दित्ते ने, उहदे विच शामिल है एनसीएफ च शामिल हैगे है जी, और उन्हां नूं स्टडी करना चाहिए, स्कूलां नूं स्टडी करना चाहिए उन्हां नूं। तुसीं प्रिंसीपल दी गल कीती सी कि देखो प्रिंसीपल एक एकेडेमिक लीडर हुंदा है, वो तय करता है कि मेरे स्कूल दी दशा ते दिशा किहो जी होएगी जी, आउण वाले 10 सालां विच मेरे स्कूल दी जिहड़ी हवा वो किधर नूं जाएगी, वो तय करता है जी, और वो इहदे उत्ते रोज मेहनत करता है काम करता है। हाँ जी, ये ओदी प्रोफेशनल एक्यूमन है ओदा कि ये ओदे ते कम करे, फिर ये जो प्लानिंग करदा है वो क्लासेस विच कितना इंप्लीमेंट होंदी है ये ओदी ऑब्जर्वेशन करे वॉच करे, उन्हें कोऑर्डिनेटर्स रखे हुए ने ते कोऑर्डिनेटर्स दा कम है कि टीचर्स नूं हैंड होल्डिंग कराए, टीचर्स दे नाल जाके जे पढ़ाउण दा भी मौका मिले तो पढ़ाए। हाँ, बच्चे बहुत इंटेलिजेंट है पर बच्चे क्योंकि मैं क्लासेस विच भी जाना एज डेप्टी सीईओ मैं क्लासेस विच भी गया, टीचर्स नूं पढ़ाउंदे हुए देखिया जी, उन्हां दी ऑब्जर्वेशन कीतियां और करन तो बाद फिर उन्हां नूं दस्या कि ए सब्जेक्ट तुसीं एदां कराणा सी, इत्थे तुसीं ए सवाल पुछदे ते ए सारा कुछ हो सकदा सी। हाँ जी, सिर्फ अपने टीचिंग दे मैथड विच थोड़ी जी ट्वीटिंग करके जी, अंग्रेजी दा शब्द वरत, हाँ जी, हाँ जी, ट्वीटिंग करके असी बहुत कुछ कर सकते जी बिल्कुल, और सानू करन दी लोड़ है। जे कर साडी टीचिंग दो दिनां दी इको जी टीचिंग है ना, मतलब असी कल भी एदां ही पढ़ाया ते अज भी एदां पढ़ाया ते असी चंगे टीचर नहीं हैगे जी, टीचर्स नूं भी सीखना चाहिदा है। हाँ जी, स्कूल नूं भी सीखना चाहिदा है। और ये बहुत मैं एक जरा सेंटेंस बोल रहा है कि हर स्कूल नू सीखना चाहिदा है, असी बच्चियां तो एक्सपेक्ट करदे हां कि बच्चे सीख के जान, लेकिन असी स्कूल नहीं सीखते, स्कूलां नू बच्चियां तो सीखना चाहिदा है, बच्चियां नू की चाहिदा कदों चाहिदा किवें चाहिदा ये उसकी मतलब अवेलेबिलिटी करवा जी, लेकिन इदा हो नहीं रहा। और ओहदा विच सब तो पहला वड्डा कारण तो यह है, और मैं मेरी अज काफी सारिया पोस्टा मेरे ते पाईया जी, जी, मेरे लिसनर भी इस वक्त उन्हां दे दिमाग विच ध्यान जा रहा होगा जी, कि साडे जिहड़े टीचर ने स्कूलां विच ओह लकीर दे फकीर ने, ओह बदलना नहीं चाहते। बिलकुल बिलकुल, ए सच्चाई है जी, बहुत वड्डी सच्चाई है,
98% टीचर ऐसे ही है जो बदलना नहीं चाहते, अपने आप नू समय के मुताबक या लोड़ मुताबक ढालते नहीं है, वह जिथे पक चुके है पक चुके है। तुसी गल अगे पूरी करो जी। जी देखो असी 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 जदों उन्हां नू दसदे आ पैडा एक लफ्ज़ आंदा पैडागॉजी जी, पैडागॉजी दे लगातार हर स्कूल नू काम करना चाहिए, हर प्रिंसिपल नू काम करना चाहिए जी। पढ़ाउण दे तरीका कोई एक तरीका परफेक्ट नहीं है, इहदे कई तरीके ने जी। मैं एक टेंथ क्लास दी पंजाबी दी क्लास सी ते मैं उहदे विच ऑब्जरवेशन लई गया ते टीचर ने किताब जिहड़ी सी उह प्रोजेक्टर ते खोली हुई सी, जिस तरह अजकल चलदा मल्टीमीडिया दा जमाना है, तो CBSE दा साडा स्कूल सी जी, ते प्रोजेक्टर ते खोली हुई सी और बच्चों तो क्वेश्चन पूछ रहा जी। मैं कहा हम मेरा जड़ा मेरी अप्रोच है कि सानू अपने टीचिंग आवर विच बच्चों नू मैक्सिमम टाइम देना चाहिए कि वह खुद करन जी, उत्थे टीचर ना बोले, टीचर इंस्ट्रक्शन दे के पासे हो जाए ते बच्चे खुद ही सारा कुछ करन और वह तुहाडे सिखाण नालों बेहतर सिख जाणगे, इस गल दा मैनू पक्का यकीन है। होया ये कि मैं टीचर नू कहा, मैं कहा भी इत्थे इदां कर भी आ पैराग्राफ ने इस लैसन दे जी, 6-7 पैराग्राफ है, तेरी क्लास दे आपां पेयर बना दिंदे आ या ग्रुप बना दिंदे आ, 4-4 बच्चों का ग्रुप बना दिंदे आ, आपां इन्हां नू कहिंदे आ कि भी इन्हां हर एक 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 पैरा लै लो, उन्हां नू पैराग्राफ एलोकेट कर दिंदे आ जी, कि इहदे ते सिर्फ क्वेश्चन बनाने आंसर नहीं देने जी, हर पैराग्राफ चो क्वेश्चन पैदा करदे हुण टीचर ने इंस्ट्रक्शन दे दित्ती और मैं फिर उस टीचर नू कहा कि हुण मैं जा रहा क्लास हुण तेरे हवाले है, मेरे तरीके नाल पढ़ा के कल मैनू रिपोर्ट देनी, तुसी यकीन करना। उसने टीचर ने मैनू रिपोर्ट ते कहा कहिंदे सर तुहाडे मेरे इदां करन नाल ते क्लास दा सिस्टम ही बदल गया जी, बच्चा दा इंटरस्ट ही इन्ना वध गया, बच्चा नू काम करके खुशी बड़ी मिली जी, बच्चा नू लग्या कि जिवें उहनां दी मर्जी दा काम लभ गया होवे। ਹੁਣ ਕੁਸਚਨ ਬਣਾਉਣੇ ਇਹ ਹਾਇਰ ਲੈਵਲ ਦਾ ਕੰਮ ਹੈ, ਲੋਅਰ ਆਰਡਰ ਦਾ ਕੰਮ ਨਹੀਂ ਹੈਗਾ, ਇਹ ਬਲੂਮਸ ਟੈਕਸੋਨਮੀ ਚ ਉੱਪਰਲੇ ਲੈਵਲ ਦਾ ਕੰਮ ਜੀ। ਜਦੋਂ ਅਸੀਂ ਉੱਪਰਲੇ ਲੈਵਲ ਤੇ ਜਾਂਦੇ ਹਾਂ ਤਾਂ ਨੈਚੁਰਲੀ ਬੱਚਿਆਂ ਦੀ ਕੋਈ ਨਵੀਂ ਅਚੀਵਮੈਂਟ ਹੈ ਉਹਨਾਂ ਦੀ, ਉਹਨਾਂ ਨੂੰ ਕੁਝ ਨਵਾਂ ਸਿੱਖਿਆ, ਉਹਨਾਂ ਨੂੰ ਖੁਸ਼ੀ ਮਿਲੇਗੀ, ਫਿਰ ਜਿਹੜੀ ਸਕੂਲ ਵਿੱਚ ਖੁਸ਼ੀ ਮਿਲੇਗੀ ਉਸ ਸਕੂਲ ਤੋਂ ਬੱਚਾ ਰਹੇਗਾ ਕਿਵੇਂ ਜੀ। ਸਾਡੇ ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਖੁਸ਼ੀ ਨਹੀਂ ਮਿਲਦੀ। ਹਾਂਜੀ ਹਾਂਜੀ, ਮੇਨ ਇਹੀ ਚੀਜ਼ ਹੈ, ਕਿਉਂਕਿ ਉਹ ਪਹਿਲੇ ਵੀ ਸਾਡੇ ਕੋਲ ਇਹੀ ਮੈਸੇਜ ਆਇਆ ਸੀ ਸਾਡੇ ਲਿਸਨਰਸ ਦਾ ਕਿ ਬੱਚਿਆਂ ਨੂੰ ਸਕੂਲ 'ਚ ਜਾ ਕੇ ਖੁਸ਼ੀ ਨਹੀਂ ਮਿਲ ਰਹੀ, ਕਿਉਂਕਿ ਅਸਲ ਵਿੱਚ ਮੈਂ ਵੀ ਇੱਕ ਜਗ੍ਹਾ ਪੜ੍ਹਿਆ ਹੈ ਕਿ ਬੱਚੇ ਜਿੰਨਾ ਖੁਸ਼ ਜਦ ਛੁੱਟੀ ਦੀ ਘੰਟੀ ਵੱਜਦੇ ਆ ਅਤੇ ਕਲਾਸ 'ਚੋਂ ਬਾਹਰ ਨਿਕਲਣ ਦੇ ਵਿੱਚ ਹੁੰਦੇ ਆ, ਇੰਨੇ ਖੁਸ਼ ਜੇਕਰ ਉਹ ਕਲਾਸ ਦੇ ਅੰਦਰ ਜਾਣ ਲਈ ਹੋਣ ਤਾਂ ਸਾਡਾ ਪਰਪਜ਼ ਪੂਰਾ ਹੁੰਦਾ, ਨਹੀਂ ਤਾਂ ਅਸੀਂ ਸਿਰਫ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦਾ ਸਮਝ ਲਓ ਕਿ ਪੁਲੀਸਿੰਗ ਕਰ ਰਹੇ ਹਾਂ ਐਜੂਕੇਸ਼ਨ ਦੇ ਨਾਮ 'ਤੇ, ਕਿਉਂਕਿ ਬੱਚਿਆਂ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਮੈਂ ਕਿਉਂਕਿ ਮੇਰਾ ਵਾਹ ਵਾਸਤਾ ਰਿਹਾ ਪਰ ਮੈਂ ਏਦਾਂ ਦੀਆਂ ਸਿਚੁਏਸ਼ਨ ਵੀ ਜਾਣਦਾ ਜਦੋਂ ਬੱਚੇ ਐਤਵਾਰ ਨੂੰ ਵੀ ਸਕੂਲ ਆਉਂਦੇ ਸੀ, ਕਹਿੰਦੇ ਅਸੀਂ ਨਹੀਂ ਘਰ ਨਹੀਂ ਰਹਿਣਾ, ਸਾਨੂੰ ਸਕੂਲ ਛੱਡਿਓ ਜੀ, ਸਾਡੇ ਲਈ ਬੈਸਟ ਪਲੇਸ ਸਕੂਲ ਹੈ। ਔਰ ਸਾਡੇ ਟੀਚਰਸ ਨੂੰ ਇਹਦੇ ਉੱਤੇ ਬਦਲਣਾ ਪਏਗਾ ਕਿ ਜੇ ਬੱਚਿਆਂ ਨੂੰ ਖੁਸ਼ੀ ਦੇਣੀ ਹੈ ਤਾਂ ਸਾਨੂੰ ਬੱਚਿਆਂ ਨੂੰ ਐਜ਼ ਐਡਲਟ ਟ੍ਰੀਟ ਕਰਨਾ ਪਏਗਾ, ਇੰਡੀਵਿਜੁਅਲ ਟ੍ਰੀਟ ਕਰਨਾ ਪਏਗਾ, ਉਹਨਾਂ ਨੂੰ ਰਿਸਪੈਕਟ ਦੇਣੀ ਪਏਗੀ ਜੀ। ਔਰ ਇੱਕ ਗੱਲ ਜਿਹੜੇ ਮਾਪੇ ਨੇ ਲਿਸਨਰਸ ਅੱਜ ਮੇਰੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਪਲੀਜ਼ ਆਪਣੇ ਬੱਚਿਆਂ ਨੂੰ ਡਾਂਟੋ ਨਾ, ਆਪਣੇ ਬੱਚਿਆਂ ਤੇ ਭਰੋਸਾ ਕਰਨਾ ਸਿੱਖੋ। ਹਾਂਜੀ, ਤੁਹਾਡੇ ਬੱਚੇ ਤੁਹਾਡੀ ਜ਼ਿੰਦਗੀ ਦਾ ਤੁਹਾਡੇ ਨਾਲੋਂ ਬੈਟਰ ਸਪੈਸੀਮਨ ਹੈ, ਕੁਦਰਤ ਨੇ ਤੁਹਾਡੇ ਤੋਂ ਅਗਲੀ ਪੀੜ੍ਹੀ ਪੈਦਾ ਕੀਤੀ ਹੈ, ਅਗਲੀ ਪੀੜ੍ਹੀ ਪਿਛਲੀ ਪੀੜ੍ਹੀ ਤੋਂ ਹਮੇਸ਼ਾ ਹੀ ਚੰਗੀ ਹੁੰਦੀ ਹੈ ਜੀ, ਔਰ ਉਹ ਪੀੜ੍ਹੀ ਜਿਹੜੀ ਹੈ ਇਹਦੇ ਅੰਦਰ ਕੁਦਰਤ ਨੇ ਬਾਏ ਡਿਫਾਲਟ ਜਿਹੜੇ ਜੀਨਸ ਦੇ ਕਰੈਕਟਰਸ ਪੈਦਾ ਕੀਤੇ ਨੇ ਉਹ ਪਿਛਲੇ ਜੀਨਸ ਨਾਲੋਂ ਜਾਂ ਪਿਛਲੇ ਸੋਰੀ ਫਾਦਰ ਜਾਂ ਮਦਰ ਨਾਲੋਂ ਬਿਹਤਰ ਨੇ। ਬਿਲਕੁਲ ਬਿਲਕੁਲ ਜੀ, ਬਹੁਤ ਵੱਡੀ ਸੱਚਾਈ ਹੈ, ਬਹੁਤ ਵੱਡੀ ਸੱਚਾਈ। ਜਦੋਂ ਬਿਹਤਰ ਨੇ ਤਾਂ ਉਹਨਾਂ ਤੇ ਰਿਲਾਈ ਕਰਨਾ ਸਿੱਖੋ। ਹਾਂਜੀ, ਉਹਨਾਂ ਨੂੰ ਮੌਕਾ ਦਿਓ ਕੰਮ ਕਰਨ ਦਾ, ਕੋਈ ਗੱਲ ਨਹੀਂ। ਅਸੀਂ ਕਹਿੰਦੇ ਹਾਂ ਕਿ ਪੇਰੈਂਟਸ ਤੋਂ ਬਾਅਦ ਵੀ ਤਾਂ ਬੱਚਿਆਂ ਦੀ ਜ਼ਿੰਦਗੀ। ਬਿਲਕੁਲ ਜੀ, ਬਹੁਤ ਵਧੀਆ, ਕਿਉਂਕਿ ਅਸੀਂ ਇਹ ਚੀਜ਼ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬੱਚਿਆਂ ਤੋਂ ਬਾਅਦ, ਪੇਰੈਂਟਸ ਤੋਂ ਬਾਅਦ ਬੱਚਿਆਂ ਨੇ ਹੀ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਚੱਲਣਾ ਹੈ ਅੱਗੇ, ਇਸੇ ਚੀਜ਼ 'ਤੇ ਜਿਹੜਾ ਉਹਨਾਂ ਨੇ ਜ਼ਿੰਦਗੀ ਜਿਉਣੀ ਹੈ।
और जेकर असी उन्हां ते विश्वास करना सिखांगे तो साडा उन्हां दीआं नज़रां च सत्कार वधेगा, उन्हां दे अंदर साडे प्रति एक कॉन्फिडेंस आवेगा। और सानू ये सोच लेना चाहिए कि बच्चों सदा ही एक थानेदार वांग असी ट्रीट करांगे, उहदे रिजल्ट उल्टे निकलणगे और बच्चे रिस्पोंसिबिलिटीज़ अगे नहीं लै पाउणगे। इहदा वाकया ही बहुत वड्डा फायदा जिहड़ा जी वह होण वाला है साडे बच्चों। जी सर, तुसी कुछ कह रहे ही तुहाडे थोड़ा जिहा गल साडे सारे मापिआं नूं मैं रिकमेंड करूंगा कि उहनां नूं पंजाबी दी इक किताब है साडे वारस जी, किताब दे लेखक ने सरदार गुरबख्श सिंह प्रीत लड़े। सारे पेरेंट्स नूं ओह किताब अपने घर विच लियाउणी चाहीदी है ते उस किताब नूं चंगी तरह पढ़ लेना चाहीदा जी। पेरेंटिंग उत्ते उदू वधिया किताब ना अंग्रेजी च अवेलेबल है ना हिंदी च अवेलेबल है। हाँ जी। और ओह किताब दे विच तुहानूं दसदा है लेखक कि अपने बच्चों नूं ट्रीट किवें करो जी। बच्चे खुश रहने चाहिए ने तुहाडे नाल वी, तुहाडे साथ विच वी ते तुहाडे तो बाद वी जी। जो खुश रहेंगे उन्हां दे अंदर जिंदगी दा उत्साह बनिया रहेगा, वह कुछ ना कुछ करते रहेंगे, वह सक्सेसफुल हो जाएंगे। कल्ली पढ़ाई ने पढ़ाई दे उते ना डिपेंड करो। मैं आपा गल नंबरां दी गल कर रहे सी कि अज असी बैठे हाँ, मैं जलंधर च बैठा ते तुसी बैठे हो मसूरी विच जी। ओ असी मेरा ख्याल एक दूजे नूं फेस टू फेस कदे मिले भी नहीं। हाँ जी, हाँ जी, लेकिन एक टेक्नोलॉजी ने सानू जोड़िया है जी। साडे कोल मोबाइल टेक्नोलॉजी है, मोबाइल जेड़ा साडे कोल आया है या उस तो पहला कंप्यूटर साडे कोल आया। हाँ जी। इहदे जन्मदाता इनू लियाउण वाले जेड़े सज्जन सन अमेरिकन स्टीव जॉब दा नूं याद रखो जी। स्टीव जॉब किसी स्कूल दी प्रोडक्ट नहीं सी। हाँ जी। स्टीव जॉब किसी विश्वविद्यालय दी प्रोडक्ट भी नहीं सी। ओहदे कोल कोई डिग्री नहीं सी जी, पर उसने स्कूल ड्रॉप आउट हुंदिया होया भी सारी दुनिया दे काम करन दे तरीके नूं बदल दिता जी। मैं ते अक्सर कहना हुंना कि जेड़ी दुनिया बदली है ना, ये स्कूलां कालजां च पढ़न वालिया ने नहीं बदली। ना पढ़न वालिया ने बदली। बिलकुल जी, थॉमस एडिसन दी उदाहरण साडे सामने आ, क्योंकि थॉमस एडिसन नूं ते स्कूल दे विचों कढ दित्ता गया सीगा। कढ दित्ता गया। हां बिलकुल। सब तो और बिल गेट्स दी भी उदाहरण इहदे विच है। बिल गेट्स भी स्कूल ड्रॉप आउट है, जिहड़ी विंडोज असीं यूज करदे आ, जिहड़ा सारा सिस्टम इह यूज करदे आ, इह स्कूल ड्रॉप आउट वालिआं ने पैदा कीता। पर जे असीं गल करिए अमीरी दी, तां अमीरी ते इहनां तों उत्ते नहीं हैगी। हांजी। सो इस करके सारे मापिआं नूं, सारे अध्यापकां नूं अपने बच्चिआं उत्ते भरोसा करना चाहीदा जी। ਉਹਨਾਂ ਨੂੰ ਔਰ ਇਹ ਜਾਣਨਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਦੇ ਅੰਦਰ ਕੀ ਗੁਣ ਹੈ। ਜਿਹੜਾ ਗੁਣ ਹੈਗਾ ਉਸੇ ਗੁਣ ਨੂੰ ਤੁਸੀਂ ਅੱਗੇ ਉਭਾਰੋ। ਬੱਚੇ ਨੂੰ ਆਪਣੀ ਮਰਜ਼ੀ ਨਾਲ ਕੁਝ ਕਰਨ ਦਿਓ, ਕੋਈ ਪ੍ਰੋਬਲਮ ਨਹੀਂ ਆਉਂਦੀ। ਦੁਨੀਆਂ ਵਿੱਚ ਡਿਗਰੀਆਂ ਹੀ ਸਾਰਾ ਕੁਝ ਨਹੀਂ ਹੁੰਦੀਆਂ ਜੀ। ਔਰ ਜਿਹੜੇ ਬੱਚੇ ਸਕੂਲ ਨਹੀਂ ਜਾਂਦੇ ਉਹ ਵੀ ਬਹੁਤ ਕੁਝ ਸਿੱਖ ਜਾਂਦੇ ਨੇ। ਹਾਂ, ਲੈਂਗੁਏਜ, ਨਿਊਮਰੇਸੀ, ਲਿਟਰੇਸੀ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਜੀ। ਔਰ ਜਿਹੜਾ ਸਕੂਲ ਐਜੂਕੇਸ਼ਨ ਦੇ ਬਾਰੇ ਜਿਹੜੀ ਹੈ ਨਾ ਸਾਡੇ ਕੋਲ ਡਾਟਾ ਸਾਡੇ ਕੋਲ ਆ ਰਿਹਾ। ਹਾਂਜੀ। ਇਸ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਸੰਬੰਧ ਆਇਆ, ਔਰ ਇਹ ਡਾਟਾ ਹੈ ਕਿ ਸਾਡੇ ਸਕੂਲਾਂ ਵਿੱਚ ਬੱਚਿਆਂ ਦਾ ਸਟੈਂਡਰਡ ਵਾਕਈ ਗਿਰਿਆ ਹੈ। ਉਹਨਾਂ ਦੇ ਬੱਚਿਆਂ ਦੀ ਰੀਡਿੰਗ ਹੈਬਿਟਸ, ਰੀਡਿੰਗ ਸਕਿੱਲ ਉਹਦੀ ਗਿਰੀ ਹੈ ਔਰ ਘਟੀ ਅੱਗੇ ਨਾਲੋਂ ਜੀ। ਔਰ ਇਹਨੂੰ ਮਤਲਬ ਰਿਵਾਈਵ ਕਰਨ ਵਾਸਤੇ ਸਰਕਾਰ ਨੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਨੇ, ਐਜੂਕੇਸ਼ਨ ਡਿਪਾਰਟਮੈਂਟ ਨੇ, ਜਿਹਨਾਂ ਚੋਂ ਇੱਕ ਡਿਪਾਰਟਮੈਂਟ, ਇੱਕ ਤਾਂ ਹੈਗਾ FLN ਜੀ। ਇਹਦੀ FLN ਜਿਹੜਾ ਹੈ ਉਹ ਲਿਟਰੇਸੀ ਤੇ ਨਿਊਮਰੇਸੀ ਦੀ ਫਲੂਐਂਸੀ ਵਾਸਤੇ ਹੈ ਜੀ। ਔਰ ਇਹ ਖਾਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਨਵੀਂ ਐਜੂਕੇਸ਼ਨ ਪਾਲਿਸੀ ਵਿੱਚ ਚਲਾਏ ਜਾ ਰਹੇ ਨੇ। ਇਸ ਤਰ੍ਹਾਂ ਨਿਪੁੰਨ ਭਾਰਤ ਹੈ, ਇਹ ਵੀ ਬਹੁਤ ਜ਼ਬਰਦਸਤ ਪ੍ਰੋਗਰਾਮ ਹੈ ਜਿਹੜਾ ਬੱਚਿਆਂ ਦੇ ਅੰਦਰ ਰੀਡਿੰਗ ਤੇ ਲਿਟਰੇਸੀ ਤੇ ਨਿਊਮਰੇਸੀ ਹਾਇਰ ਕਲਾਸਿਸ ਤੱਕ ਐਡਰੈਸ ਕਰਦਾ। ਸਾਨੂੰ ਜਿਹੜੀ ਨਵੀਂ ਮੈਥੋਡੋਲੋਜੀ ਸਾਡੇ ਕੋਲ ਆ ਰਹੀ ਹੈ ਉਹਦੇ ਨਾਲ ਜੁੜ ਕੇ ਉਹਨੂੰ ਸਮਝ ਕੇ ਉਹਦੇ ਵਿੱਚ ਟ੍ਰੇਨਡ ਹੋ ਕੇ ਫਿਰ ਕਲਾਸਾਂ 'ਚ ਜਾਣਾ ਚਾਹੀਦਾ। ਹਾਂਜੀ। ਬਿਨਾਂ ਟ੍ਰੇਨਿੰਗ ਦੇ ਕਲਾਸਾਂ ਵਿੱਚ ਨਹੀਂ ਜਾਣਾ ਚਾਹੀਦਾ। ਸਕੂਲਾਂ ਨੂੰ ਇਹਦੇ ਉੱਤੇ ਸੋਚਣਾ ਚਾਹੀਦਾ ਹੈ।
और चाहिदा तो यह है कि हर स्कूल अपना ट्रेनिंग सेल डिवेलप करे और अपने टीचर्स नू रेगुलर ट्रेनिंग दे। जी जब तक वो ट्रेनिंग नहीं देगा, जब तक वो एकेडमिक लीडर नहीं होएगा, और वो कुछ नहीं कर सकता। उसकी अचीवमेंट जिन्ने मर्जी तुसी इंफ्रास्ट्रक्चर ले आओ, स्कूल इंफ्रास्ट्रक्चर नाल ही बंदे, स्कूल पैडागोजी नाल बंदे ने, जिहड़ी रैपो जांदी है, थोड़ी पैडागोजी, थोड़ी मैथडोलॉजी तुसी बच्चे नूं किवें हैंडल कर दो, इहदे नाल बंदे। जी जी बिल्कुल सर, बहुत वधिया कहा। मेरा हुण आखरी सवाल रहेगा, क्योंकि समा साडा हुण लिसनर्स तो इजाजत लैण दा हो गया, 6 बज चुके है। मेरा लास्ट क्वेश्चन तुहाडे तो यही रहेगा, अज तुसी एक चीज ते जोर दिता है कि टीचर्स नूं भी सीखना चाहीदा है, पर मैं अजे तक देखदा है कि विरले वांझे स्कूल होणगे जो टीचर्स नूं सिखाउण लई एजुकेशनलिस्ट दीआं सैमीनार क्लासां वर्कशॉप्स लगांदे आ, नहीं तो स्कूल दे विच इह समझदे आ कि साडे कोल जो टीचर आ गए आ इह ते रब आ गए आ, इह तां सर्ब कला संपन्न है, इहनां नूं सब कुछ पता है, सानूं नंबर चाहीदे आ, नंबर इहनां ने दे देणे आ लै के, और इत्थों दे विच ही संतुष्टि हो रही है। तुहाडा की एक्सपीरियंस है कि अज किन्ना क स्कूलां वालियां दा ध्यान है टीचर्स दी ट्रेनिंग्स वल, के इन्हां नूं साल विच घटो घट 2-3-4 सैमीनार इहो जिहे जां वर्कशॉप्स चाहीदियां है, जिहदे च टीचरां दी जिहड़ी है ओह ट्रेनिंग होवे, उन्हां नूं नवें नवें पक्खां तों जाणू कराया जाए। जी सर, 52-50 hours ਦੀ ਟ੍ਰੇਨਿੰਗ NCERT ਵੱਲੋਂ ਕੰਪਲਸਰੀ ਕੀਤੀ ਗਈ ਹੈ। ਜੀ ਮਤਲਬ ਹਰ ਟੀਚਰ ਹਰ ਸਾਲ 50 hours ਦੀ ਟ੍ਰੇਨਿੰਗ ਲੈ ਕੇ ਆਵੇ। ਜੀ ਔਰ ਉਹਦੇ ਵਿੱਚ ਉਹਨਾਂ ਨੇ 25 hours ਤਾਂ CBSE ਜਾਂ NCERT ਦੇ ਜਿਹੜੀਆਂ ਏਜੰਸੀਜ਼ ਨੇ ਜਾਂ ਉਹਨਾਂ ਵੱਲੋਂ ਜਿਹੜੇ ਟ੍ਰੇਨਰ ਨੇ ਉਹਨਾਂ ਦੀਆਂ ਟ੍ਰੇਨਿੰਗ ਕੰਪਲਸਰੀ ਕੀਤੀਆਂ ਨੇ। ਜੀ 25 hours ਦੀਆਂ ਟ੍ਰੇਨਿੰਗ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰੋਂ ਆਪਣੇ ਤੌਰ ਤੇ ਕਰਵਾ ਸਕਦੇ ਹੋ। ਹਾਂਜੀ ਹੁਣ 50 hours ਦੀ ਟ੍ਰੇਨਿੰਗ ਤਾਂ ਮੈਂਡੇਟਰੀ ਹੋ ਗਈ ਕਿ ਅਗਰ ਤੁਸੀਂ ਸਕੂਲ ਨੇ ਸਰਵਾਈਵ ਕਰਨਾ ਹੈ, ਐਫੀਲੀਏਟ ਰਹਿਣਾ ਹੈ, ਸਕੂਲ ਦਾ ਨਾਂ NCERT CBSE ICSE ਵਿੱਚ ਬੋਲਿਆ ਜਾਣਾ, ਉਹ ਤਾਂ 50 hours ਦੀ ਕੰਪਲਸਰੀ ਹੋ ਗਈ। ਲੇਕਿਨ ਅਗਰ ਅਸੀਂ ਪ੍ਰੋਫੈਸ਼ਨਲ ਦੇ ਤੌਰ ਤੇ ਗੱਲ ਕਰੀਏ ਜੀ, ਤਾਂ ਸਾਨੂੰ ਆਪਣੇ ਟੀਚਰ ਪ੍ਰੋਫੈਸ਼ਨਲੀ ਐਕਸੀਲੈਂਟ ਬਣਾਉਣੇ ਚਾਹੀਦੇ ਨੇ ਜੀ, ਔਰ ਤਦ ਹੀ ਹੋਣਗੇ ਜੇ ਅਸੀਂ ਆਪਣੇ ਸਕੂਲਾਂ ਦੇ ਵਿੱਚ ਆਪਣੇ ਟੀਚਰਸ ਨੂੰ ਆਬਜ਼ਰਵ ਕਰਾਂਗੇ ਜੀ, ਉਹਨਾਂ ਦੀ ਆਬਜ਼ਰਵੇਸ਼ਨ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਾਂਗੇ, ਉਹਨਾਂ ਪ੍ਰੋਬਲਮਸ ਨੂੰ ਅਸੀਂ ਰਿਸੋਰਸ ਪਰਸਨ ਨਾਲ ਸ਼ੇਅਰ ਕਰਕੇ ਕਸਟਮਾਈਜ਼ਡ ਵਰਕਸ਼ਾਪ ਲਵਾਵਾਂਗੇ। ਹਾਂਜੀ ਬਿਲਕੁਲ, ਕਈ ਸਕੂਲ ਹੁੰਦੇ ਨੇ ਉੱਥੇ ਟੀਚਰਸ ਦੀ ਜਿਹੜੀ ਕਮਿਊਨੀਕੇਸ਼ਨ ਐਬਿਲਿਟੀ ਨਹੀਂ ਹੁੰਦੀ, ਉਹਨਾਂ ਨੂੰ ਇੰਸਟਰਕਸ਼ਨ ਦੇਣੀਆਂ ਨਹੀਂ ਆਉਂਦੀਆਂ। ਬਿਲਕੁਲ ਜੀ ਬਿਲਕੁਲ, ਉੱਥੇ ਸਾਨੂੰ ਹੁੰਦਾ ਹੈ ਕਿ ਅਸੀਂ ਉਹਨਾਂ ਟੀਚਰਸ ਦੀ ਕਮਿਊਨੀਕੇਸ਼ਨ ਦੇ ਉੱਤੇ ਵਰਕਸ਼ਾਪ ਲਗਾਈਏ ਜੀ, ਇਹ ਬਹੁਤ ਲੋੜ ਹੈ। ਸਾਡੇ ਕੋਲ ਟ੍ਰੇਨਰ ਵੀ ਹੈ ਨਹੀਂ, ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ, ਔਰ ਖਾਸ ਕਰਕੇ ਐਜੂਕੇਸ਼ਨ ਨਾਲ ਜੁੜੇ ਹੋਏ ਟ੍ਰੇਨਰ ਨਹੀਂ ਹੈਗੇ, ਤੇ ਇਹ ਜੇ ਸਾਰੇ ਰਲ ਮਿਲ ਕੇ ਕੰਮ ਕਰਨਗੇ ਤਾਂ ਅਸੀਂ ਐਜੂਕੇਸ਼ਨ ਨੂੰ ਅੱਗੇ ਲਿਜਾ ਸਕਦੇ ਹਾਂ। ਚੈਲੇਂਜਸ ਬਹੁਤ ਜ਼ਿਆਦਾ ਨੇ, ਜਿਹੜੇ ਸਕੂਲ ਨਹੀਂ ਸਿੱਖਣਗੇ, ਨਹੀਂ ਇੰਪਰੂਵ ਕਰਨਗੇ, ਉਹ ਵਾਈਪ ਆਊਟ ਹੋ ਜਾਣਗੇ ਜੀ। ਹਾਂ ਮੈਂ ਬੜੀ ਕਲੀਅਰ ਗੱਲ ਕਰਨਾ, ਉਹ ਵਾਈਪ ਆਊਟ ਹੋ ਜਾਣਗੇ, ਕਿਉਂਕਿ ਜਿਹੜਾ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਸਕੂਲਾਂ ਦੇ ਉੱਤੇ ਕਾਫੀ ਜ਼ਿਆਦਾ ਕਸ ਪਾਉਣ ਵਾਲੀ ਹੈ, ਔਰ ਕਿਉਂਕਿ ਇੱਕ ਤਾਂ ਸਿਲੇਬਸ ਸੇਮ ਹੋ ਜਾਏਗਾ, NCERT ਨੂੰ ਪੂਰੇ ਰਾਈਟ ਦੇ ਦਿੱਤੇ ਗਏ ਨੇ ਜੀ, ਔਰ ਸਕੂਲ ਬੋਰਡਾਂ ਦੀ ਵੀ ਇਹਦੇ ਵਿੱਚ ਜਿਹੜੀ ਸਥਿਤੀ ਹੈ ਉਹ ਕੁਝ ਡਿਫਰੈਂਟ ਕਿਸਮ ਦੀ ਹੋ ਗਈ ਹੈ, ਤਾਂ ਆਉਣ ਵਾਲੇ ਟਾਈਮ ਵਿੱਚ ਸਕੂਲਾਂ ਨੂੰ ਆਪਣੇ ਆਪ ਨੂੰ ਇੰਪਰੂਵ ਕਰਨਾ ਹੀ ਪਏਗਾ। ਬਿਲਕੁਲ ਜੀ ਬਿਲਕੁਲ, ਬਹੁਤ ਉਹ ਬਚ ਨਹੀਂ ਸਕਦੇ, ਔਰ ਹੁਣ ਚੰਗੀ ਗੱਲ ਇਹ ਹੈ ਕਿ ਉਹ ਇਹ ਮੈਂ ਡਰਾ ਨਹੀਂ ਰਿਹਾ, ਮੈਂ ਨਹੀਂ ਕਿਹਾ ਮੈਂ ਕੋਈ ਇਹਦੇ ਵਿੱਚ ਕੋਈ ਟੈਰਰ ਕ੍ਰੀਏਟ ਕਰ ਰਿਹਾ, ਲੇਕਿਨ ਇਹ ਜ਼ਰੂਰਤ ਪਾਲਸੀ ਹੈ, ਪਾਲਸੀ ਦੱਸ ਰਹੇ ਸੀ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਇਹ ਤਦ ਹੀ ਲਾਗੂ ਹੋਏਗੀ ਅਗਰ ਸਾਡੇ ਬੱਚੇ ਉਹਦੇ ਅਕੋਰਡਿੰਗਲੀ ਰਾਈਟ ਫਰੋਮ ਬਿਗਨਿੰਗ ਤਿਆਰ ਕੀਤੇ ਜਾਣ। ਬਿਲਕੁਲ ਜੀ, ਬਹੁਤ ਵਧੀਆ ਸਰ, ਤੁਸੀਂ ਸਾਡੇ ਲਿਸਨਰਸ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ, ਆਸ ਕਰਦੇ ਹਾਂ ਕਿ ਤੁਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਵੱਖ ਵੱਖ ਵਿਸ਼ੇ ਲੈ ਕੇ ਸਾਡੇ ਲਿਸਨਰਸ ਦੇ ਰੂਬਰੂ ਹੁੰਦੇ ਰਹੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਰ, ਰੇਡੀਓ ਖੁਸ਼ੀ 'ਤੇ ਆ ਕੇ ਸਾਡੇ ਲਿਸਨਰਸ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ, ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਗੁਰਦੀਪ ਸਿੰਘ ਜੀਓ।
ਸ਼ੁਕਰੀਆ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ, ਔਰ ਮੈਨੂੰ ਤੁਹਾਡੇ ਨਾਲ ਵਾਕਈ ਗੱਲ ਕਰਕੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਾਡਾ ਮੇਰਾ ਜਿਹੜਾ ਕੰਸਰਨ ਹੈ, ਸਰਕਾਰ ਹੈ, ਬਹੁਤ ਸਾਰੇ ਲੋਕਾਂ ਤੱਕ ਜਾ ਰਿਹਾ ਜੀ, ਔਰ ਇਹਦੇ ਉੱਤੇ ਜਿੱਦਾਂ ਜਿੱਦਾਂ ਸਵਾਲ ਹੋਣਗੇ, ਕੋਈ ਵੀ ਸਵਾਲ ਅਗਰ ਇਸ ਤੋਂ ਬਾਅਦ ਵੀ ਆਏਗਾ ਤਾਂ ਅਸੀਂ ਉਹਦਾ ਜਵਾਬ ਦੇਵਾਂਗੇ। ਬਿਲਕੁਲ ਜੀ ਬਿਲਕੁਲ, ਅਸੀਂ ਜੇ ਕੋਈ ਕੋਈ ਕਿਸੇ ਪੇਰੈਂਟ ਵੱਲੋਂ ਕੋਈ ਪ੍ਰੋਬਲਮ ਵੀ ਆਉਂਦੀ ਹੈ ਤਾਂ ਅਸੀਂ ਉਸ ਪ੍ਰੋਬਲਮ ਨੂੰ ਵੀ ਐਡਰੈਸ ਕਰਾਂਗੇ। ਜੀ ਬਿਲਕੁਲ ਜੀ ਬਿਲਕੁਲ, ਅਗਲੇ ਅਸੀਂ ਸ਼ੋਵਾਂ ਦੇ ਵਿੱਚ ਇਹ ਕੋਸ਼ਿਸ਼ ਰੱਖਾਂਗੇ ਕਿ ਲਿਸਨਰਸ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣ, ਔਰ ਨਾਲ ਦੀ ਨਾਲ ਅਸੀਂ ਜਿਹੜਾ ਹੈ ਉਹ ਕੋਸ਼ਿਸ਼ ਕਰਾਂਗੇ ਕਿ ਸਾਡੇ ਬੱਚਿਆਂ ਦੇ ਇਸ ਐਜੂਕੇਸ਼ਨਲ ਸਿਸਟਮ ਨੂੰ ਵਧੀਆ ਬਣਾਉਣਾ ਇਹ ਸਿਰਫ ਸਰਕਾਰਾਂ ਦਾ ਹੀ ਨਹੀਂ, ਸਾਡਾ ਸਾਰਿਆਂ ਦਾ ਅਤੇ ਖਾਸ ਕਰਕੇ ਮਾਤਾ ਪਿਤਾ ਦਾ ਸਭ ਤੋਂ ਵੱਡਾ ਫਰਜ਼ ਹੈ, ਕਿਉਂਕਿ ਜੋ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਉਹ ਸਰਕਾਰਾਂ ਦੇ ਨਹੀਂ, ਉਹ ਸਾਡੇ ਆਪਣੇ ਬੱਚੇ ਆ, ਅਤੇ ਉਹਨਾਂ ਬੱਚਿਆਂ ਲਈ ਵੱਧ ਤੋਂ ਵੱਧ ਕੁਛ ਕਰਨਾ ਸਾਡੀ ਜ਼ਰੂਰਤ ਹੈ। ਔਰ ਇਸੇ ਵਿਸ਼ੇ 'ਤੇ ਅੱਜ ਮੇਰੇ ਨਾਲ ਰੇਡੀਓ ਖੁਸ਼ੀ 90.4 FM 'ਤੇ ਸਨ ਸਰਦਾਰ ਗੁਰਦੀਪ ਸਿੰਘ ਜੀ ਭਾਮਰਾ, ਜਿਨ੍ਹਾਂ ਨੇ ਕਿ ਸਭ ਰੰਗ ਨਾਮ ਦੀ ਪੁਸਤਕ ਸੀਰੀਜ਼ ਜੋ ਅਸੀਂ ਸਾਰੇ ਪੜ੍ਹ ਕੇ ਵੱਡੇ ਹੋਏ ਹਾਂ ਉਹ ਸੀਰੀਜ਼ ਲਿਖੀ, ਉਸ ਤੋਂ ਬਾਅਦ ਬੜੂ ਸਾਹਿਬ ਦੇ ਜੋ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਵੀ ਬਾਬਾ ਇਕਬਾਲ ਸਿੰਘ ਜੀ ਹੋਰਾਂ ਨਾਲ ਮਿਲ ਕੇ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਐਜ਼ ਏ ਕੋਆਰਡੀਨੇਟਰ ਵੀ ਸੇਵਾ ਨਿਭਾਈ, ਅਤੇ ਬਹੁਤ ਸਾਰਾ ਉਹਨਾਂ ਦੇ ਕੋਲ ਨੌਲੇਜ ਹੈ, ਅੱਜ ਵੀ ਸੋਸ਼ਲ ਮੀਡੀਆ 'ਤੇ ਲਿਖਦੇ ਰਹਿੰਦੇ ਹੈ। ਅਤੇ ਦੋਸਤੋ, ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਹੈ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਕਿ ਤੁਹਾਡੇ ਹੀ ਵਿਚਾਰਾਂ ਤੋਂ ਅੱਗੇ ਅਸੀਂ ਸਿੱਖਿਆ ਲੈ ਕੇ, ਸੇਧ ਲੈ ਕੇ ਹੋਰ ਨਵੀਆਂ ਵਿਚਾਰਾਂ ਕਰਨੀਆਂ। ਅਤੇ ਸਰ ਗੁਰਦੀਪ ਸਿੰਘ ਜੀ, ਰੇਡੀਓ ਖੁਸ਼ੀ 'ਤੇ ਆਉਣ ਲਈ ਤੁਹਾਡਾ ਫਿਰ ਜੀ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਅਤੇ ਦੋਸਤੋ, ਰੇਡੀਓ ਖੁਸ਼ੀ 90.4 FM 'ਤੇ ਤੁਸੀਂ ਮੇਰੇ ਨਾਲ ਜਿਵੇਂ ਕਿ ਮੈਂ ਦੱਸਿਆ ਸੁਣ ਰਹੇ ਸੀ ਸਰਦਾਰ ਗੁਰਦੀਪ ਸਿੰਘ ਜੀ ਹੋਰਾਂ ਨੂੰ, ਔਰ ਸਰਦਾਰ ਗੁਰਦੀਪ ਸਿੰਘ ਜੀ ਸਾਨੂੰ ਅੱਜ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਬਣਾ ਸਕਦੇ ਹਾਂ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਜਿਹੜਾ ਇੱਕ ਅੱਛੇ ਤਰੀਕੇ ਦੇ ਨਾਲ ਹੈ ਜਿਹੜਾ ਉਹ ਲੈ ਕੇ ਅਤੇ ਇੱਕ ਵਧੀਆ ਸਿਸਟਮ ਦੇ ਵਿੱਚ ਕਰ ਸਕਦੇ ਹਾਂ, ਸਾਡੀ ਐਜੂਕੇਸ਼ਨਲ ਪੋਲਿਸੀਜ਼ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ। ਅਤੇ ਆਓ ਹੁਣ ਕੱਲ੍ਹ ਨੂੰ ਮੈਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹੋਵਾਂਗਾ ਤੁਹਾਡੇ ਰੂਬਰੂ, ਤਦ ਤੱਕ ਲਈ ਦਿਓ ਇਜਾਜ਼ਤ ਆਪਣੇ ਡਿਵਾਈਨ ਅਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਨੂੰ, ਗੁਣਗੁਣਾਤੇ ਰਹੋ ਰੇਡੀਓ ਖੁਸ਼ੀ 90.4 FM। ਗੁੱਡ ਬਾਏ, ਟਾਟਾ, ਰੱਬ ਰੱਖਾ ਦੋਸਤੋ।